ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਹਰਿੰਦਰ ਸਿੰਘ ਆਉ ਉਹਨਾਂ ਦਾ ਸਵਾਗਤ ਕਰਦੇ ਆ ਸਰਦਾਰ ਹਰਿੰਦਰ ਸਿੰਘ ਜੀ ਖਬਰਸਾਰ ਬਿਆਹਿੰਦਾ ਨਿਊਜ਼ ਦੇ ਵਿੱਚ ਦਿਲ ਦੀਆਂ ਗਰਾਂਜੋ ਸਵਾਗਤ ਹੈ ਜੀ ਗੁਰਫਤ ਜੀ ਸਭ ਤੋਂ ਪਹਿਲਾਂ ਚਲਈਏ ਕਿਉਂਕਿ ਸਮਾਂ ਆਪਾ ਦਾ ਲਹ ਲਈਏ ਤੁਹਾਡਾ ਜਿਹੜਾ ਖੇਤਰ ਹੈ ਉਹ ਹੈ ਗਿਆਨ ਦਾ ਵਿਦਿਆ ਦਾ ਗੁਰਬਾਣੀ ਦਾ ਗਿਆਨ ਹੈ ਜਿਹੜਾ ਉਹਨੂੰ ਪ੍ਰਸਾਰਨ ਦੇ ਲਈ ਭਾਵੇਂ ਸਾਡੇ ਕੋਲ ਅਲੱਗ-ਅਲੱਗ ਧਾਰਮਿਕ ਸੰਸਥਾਵਾਂ ਨੇ ਧਾਰਮਿਕ ਆਧਾਰੇ ਨੇ ਹੋਰ ਕਈ ਸੰਪਰਦਾਵਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਪਰ ਜਿਹੜਾ ਕੰਮ ਸਿੱਖਰੀ ਨੇ ਨਾ ਦੋ ਦਾ ਹੱਕਿਆਂ ਦੇ ਵਿੱਚ ਕੀਤਾ ਉਹ ਬਕਾਇਦਾ ਦੁਨੀਆ ਜ਼ਿਕਰ ਕਰਦੀ ਹੈ ਕਿ ਜਿਹੜਾ ਕੁਝ ਅਸੀਂ ਤੁਹਾਡੇ ਪ੍ਰੋਗਰਾਮ ਉਲੀਕੇ ਹੋਏ ਸੰਸਦਕ ਸੀ ਹੋਰ بڑے ਪ੍ਰੋਗਰਾਮ ਸੀ ਕੋਰੀਕਲਮ ਤੋਂ ਤਿਆਰ ਕੀਤਾ ਅਕਾਲ ਤਖਤ ਦੇ ਆਜ਼ਾਦ ਕਰਾਉਣ ਦੀ ਗੱਲਬਾਤ ਜਿਹੜੀ ਹੋਈ ਬੜਾ ਕੁਝ ਉਹਦੇ ਵਿੱਚ ਹੋਇਆ ਅੱਜ ਜਿਹੜੇ ਅਜੋਕੇ ਹਾਲਾਤ ਬਣੇ ਹੋਏ ਨੇ ਅਜੋਕੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਕਈ ਵਾਰੀ ਅਸੀਂ ਇੱਕ ਸ਼ਬਦ ਆਉਂਦਾ ਹੈ ਤੇ ਲਓ ਜੀ ਫਲਾਣੇ ਨੂੰ ਸੋਧਾ ਲਾਤਾ ਸੋਧ ਦਿੱਤਾ ਗੁਰਬਾਣੀ ਦੇ ਵਿੱਚ ਸੋਧ ਤੋਂ ਭਾਵ ਕੀ ਹੈ ਸੋਧਣ ਤੋਂ ਭਾਵ ਕੀ ਹੈ ਥੋੜਾ ਜਾਂ ਇਹਦਾ ਗੁਰਬਾਣੀ ਦੇ ਪ੍ਰਕਾਸ਼ ਤੋਂ ਗੁਰਬਾਣੀ ਦੇ ਚਾਨਣ ਤੋਂ ਤੁਤ ਜਾਣਨਾ ਚਾਹੁੰਦੇ ਹਾਂ ਥੈਂਕ ਯੂ ਜੀ ਪਹਿਲੀ ਗੱਲ ਤਾਂ ਇਹ ਕਿ ਇਨਫੈਕਟ ਇਸ ਫੇਰੀ ਵਿੱਚ ਵੀ ਮੈਂ ਸਿੱਧਾ ਕਿ ਸਾਡਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਉਹ ਤਾਂ 19ਵਾਂ ਸਾਲ ਆ ਤੇ ਇੱਥੇ ਲੋਰਮੈਨ ਮੇਨਲੈਂਡ ਬੀਸੀਚੀ ਹੁੰਦਾ ਇਸ ਕਰਕੇ ਆਇਆ ਹਾਂ ਅਸੀਂ ਤੇ ਤੁਹਾਡੇ ਨਾਲ ਵੀ ਗੱਲਬਾਤ ਹੋ ਗਈ ਦੇਖੋ ਜਿਹੜਾ ਸਾਡਾ ਕੰਮ ਹੈ ਨਾ ਉਹ ਜੋ ਹੈ ਉਹ ਕਿਸ ਤਰੀਕੇ ਨਾਲ ਅੱਜ ਦੇ ਸਿਸਟਮ ਵਿੱਚ ਦੱਸੀਏ ਉਹ ਆ ਦੈਟਸ ਵਾਟ ਐਜੂਕੇਟਰਸ ਡੂ ਸਾਡਾ ਕੰਮ ਇਹ ਨਹੀਂ ਕਿ ਪੰਥ ਇਹ ਕਰੇ ਜਾਂ ਇਹੀ ਕੈਂਸਰ ਬਟ ਸਚਾਈ ਦੇ ਲੈਵਲ ਤੇ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੋ ਦੈਟਸ ਵਾਟ ਵੀ ਟ੍ਰਾਈ ਟੂ ਡੂ ਹੁਣ ਸੋਧਣਾ ਲਫਜ਼ ਦਾ ਜਿਹੜਾ ਆਮ ਮੀਨਿੰਗ ਬਣ ਗਿਆ ਸਪੈਸ਼ਲੀ ਅੱਜਕੱਲ੍ਹ ਫੇਰੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਤੁਸੀਂ ਦੇਖੋ ਜਿਹੜਾ ਪੰਜਾਬੀ ਸਿੱਖ ਪੋਲਿਟਿਕਸ ਆ ਉਹਦੇ ਵਿੱਚ ਸਰੀ ਵਿੱਚ ਕੀ ਹੋ ਰਿਹਾ ਇਸ ਹਫ਼ਤੇ ਜਾਂ ਇਸੇ ਹਫ਼ਤੇ ਪੰਜਾਬ ਵਿੱਚ ਕੀ ਹੋ ਰਿਹਾ ਪਿਛਲੇ ਮਹੀਨਿਆਂ ਚ ਕੀ ਹੋਇਆ ਉੱਥੇ ਬੜੀਆਂ ਕਿਲਿੰਗਸ ਵੀ ਹੋ ਰਹੀਆਂ ਨੇ ਜੀ ਇਹ ਕਿਲਿੰਗਸ ਦੇ ਕਈ ਰੂਪ ਆਉਂਦੇ ਨੇ ਕਈ ਸਟੇਟ ਦੇ ਰੂਪ ਨੇ ਕਈ ਸਿੱਖਾਂ ਤੇ ਮੜੀਆਂ ਜਾਂਦੀਆਂ ਨੇ ਕਈ ਵੈਂਡੇਟਾਸ ਹੁੰਦੇ ਨੇ ਇਹਦਾ ਬੜਾ ਕੁਝ ਹੋ ਰਿਹਾ ਤੇ ਸਿੱਖਾਂ ਦੇ ਵਿੱਚ ਵੀ ਇੱਕ ਵਰਡ ਹੋ ਗਿਆ ਕਿ ਸੋਧਾ ਲਾਤਾ ਸੋ ਆ ਸਾਨੂੰ ਜੇ ਗੁਰਬਾਣੀ ਤੋਂ ਸੇਧ ਲੈਣੀ ਆ ਇਹਦੇ ਫਿਰ ਸਾਡਾ मीनिंग ਕੀ ਬਣਦਾ ਕਿ ਇਹਦਾ ਮਤਲਬ ਕਿਸੇ ਨੂੰ ਮਾਰਨਾ ਜਾਂ ਕਿਸੇ ਨੂੰ ਪਨਿਸ਼ ਕਰਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਕਿਸੇ ਦੀ ਸੱਚਾਈ ਦੇ ਲੈਵਲ ਤੇ ਜਿਹੜੀਆਂ ਔਨਤਾਈਆਂ ਸੀ ਉਹਨੂੰ ਠੀਕ ਕਰਨਾ ਹੈਗਾ ਜਾਂ ਜਿਹੜੀਆਂ ਖਾਮੀਆਂ ਸੀ ਉਹਨੂੰ ਠੀਕ ਕਰਨਾ ਗੁਰਬਾਣੀ ਵਿੱਚ ਇਹ ਬੜਾ ਕਲੀਅਰ ਆ ਕਿ ਜਿਹਨੂੰ ਅਸੀਂ ਕਹਿੰਦੇ ਗੱਡੇ ਚੜਾਣਾ ਐ ਪੰਜਾਬੀ ਕਲੌਕੀਲਿਜ਼ਮ ਉਹ ਨਹੀਂ ਆਏ ਦਾ ਮਤਲਬ ਗੁਰਬਾਣੀ ਵਿੱਚ ਜਦ ਆਇਆ ਸ਼ਬਦ ਤਾਂ ਗੁਰਨਾਨਕ ਪਾਤਸ਼ਾਹ ਨੇ ਦੇ ਬਾਰੇ ਆਇਆ ਐਕਚੁਅਲੀ ਤੇ ਸੱਤੇ ਬਲਵੰਡ ਹੋਣਾਂ ਦੀ ਵਾਰ ਆ ਉੱਥੇ ਉਹਨਾਂ ਨੇ ਲਿਖਿਆ ਜਾਂ ਸੁਧੋਸ ਤਾ ਲੈਹਣੇ ਟਿੱਕਿਓ ਕਿ ਜਦ ਭਾਈ ਲੈਣਾ ਜੀ ਨੂੰ ਸੁਧੋਸ ਕਰਤਾ ਸੁਧੋਸ ਦਾ ਮਤਲਬ ਜਦ ਉਹਨਾਂ ਨੂੰ ਸੁੱਧ ਉਸ ਉਹਨਾਂ ਨੂੰ ਸੋਧਿਆ ਸੋ ਸੋਧਣ ਤੋਂ ਭਾਵ ਹੈਗਾ ਕਿ ਜਿੰਨੂੰ ਅਸੀਂ ਆਮ ਕਹਿੰਦੇ ਆ ਦੇਸੀ ਲਫ਼ਜ਼ਾਂ ਵਿੱਚ ਕਿ ਸ਼ੁੱਧ ਕਰਤਾ ਪਰ ਭਾਵ ਇਹ ਹੈ ਕਿ ਜਿੰਨੀਆਂ ਵੀ ਉਹਨ ਤਾਇਆਂ ਸੀ ਉਹ ਖਤਮ ਕਰਤੀਆਂ ਸੋ ਗੁਰਬਾਣੀ ਵਿੱਚ ਇਹਦਾ ਮਤਲਬ ਹੈ ਕਿ ਐਕਸਲੈਂਸ ਵੀ ਨਹੀਂ ਸਾਨੂੰ ਪਰਫੈਕਸ਼ਨ ਚਾਹੀਦੀ ਆ ਇਸ ਅਨੁਸੇਦ ਦਿੱਤੀ ਆ ਕਿ ਟਿੱਕਿਆਂ ਦਾ ਮਤਲਬ ਕੀ ਸੀਗਾ ਉੱਥੇ ਵੀ ਉਸੇ ਸੰਦਰਭ 'ਚ ਕਿ ਉਹ ਫਿਰ ਲੀਡਰਸ਼ਿਪ ਬਣਾਈ ਟਿੱਕਾ ਉਹ ਕਿਹਾ ਜਾਂਦਾ ਸੀ ਹਿੰਦੁਸਤਾਨੀ ਪਰੰਪਰਾ 'ਚ ਇਹ ਨਹੀਂ ਜਿਵੇਂ ਅਸੀਂ ਟਿੱਕੇ ਲਾ ਦਿੰਦੇ ਆ ਇਹ ਤਾਂ ਇਹਦੇ ਬਾਰੇ ਗੁਰਨਾਨਦ ਪਾਸ਼ਾ ਨੇ ਆਪ ਲਿਖਿਆ ਕਿ ਗਲਮਾਲਾ ਤਿਲਕ ਲੈ ਲਾਟਣ ਅਸੀਂ ਥੋੜੀ ਟਿੱਕੀ ਉਹ ਲਾਣੇ ਨੇ ਟਿੱਕਾ ਦਾ ਮਤਲਬ ਹੁੰਦਾ ਸੀ who is the next in line to rule ਅਗਲਾ ਰਾਜ ਕੌਣ ਕਰੋ ਉਹ ਸੱਤੇ ਬਲਵੰਦ ਹੋਣਾ ਨੇ ਦੱਸਿਆ ਕਿ ਜਦ ਗੁਰਨਾਨੰਦ ਪਾਸ਼ਾ ਨੇ ਰਾਜ ਸ਼ੁਰੂ ਕਰਤਾ ਰਾਮਕਲੀ ਕੀ ਵਾਰ 'ਚ ਆਇਆ ਜੀ ਫਿਰ ਉੱਥੇ ਗੁਰੂ ਉਹਨਾਂ ਨੇ ਬੜਿਆਂ ਨੂੰ ਘੋਖਿਆ ਓਕੇ ਕੋਖਣਾ ਹੁੰਦਾ ਟੈਸਟ ਕਰਨਾ ਓਕੇ ਕਹਿੰਦੇ ਸਿੱਖਾ ਪੁੱਤਰਾਂ ਹੂੰ ਸਿੱਖ ਵੀ ਬੜੇ ਸੀ ਜਿਵੇਂ ਆਪਣੀ ਅੱਜ ਲੀਡਰਸ਼ਿਪ ਦੇ ਬਾਰੇ ਗੱਲਾਂ ਕਰਾਂਗੇ ਉਸ ਵੇਲੇ ਵੀ ਬੜੇ ਸਿੱਖ ਹੋਗੇ ਸੀ ਜੀ ਪੁੱਤਰਾਂ ਨੂੰ ਵੀ ਕੋਖਿਆ ਫਿਰ ਸਾਰੀ ਉਮਤ ਨੇ ਦੇਖਿਆ ਮੈਂ ਇਹ ਲਫ਼ਜ਼ ਇੱਥੇ ਗੱਲ ਕਰਾਂਗਾ ਇੱਕ ਛੋਟੀ ਜੀ ਉਮਤ ਹੁੰਦੀ ਕਮਿਊਨਿਟੀ ਉਮਤ ਹੁੰਦਾ ਨੇਸ਼ਨ ਕਿਉਂਕਿ ਗੁਰਨਾਨਕ ਸਾਹਿਬ ਨੇ ਰਾਜ ਚਲਾਇਆ ਉਹਦੀ ਇੱਕ ਨੇਸ਼ਨ ਬਿਲਡਿੰਗ ਹੋ ਰਹੀ ਹੈ ਕਹਿੰਦੇ ਉੱਥੇ ਸਾਰਿਆਂ ਨੂੰ ਕੋਖਿਆ ਹੂੰ ਫਿਰ ਉਮਤ ਦੇ ਸਾਹਮਣੇ ਮਤਲਬ ਪਬਲਿਕਲੀ ਕਮਿਊਨਿਟੀ ਦੇ ਸਾਹਮਣੇ ਨੇਸ਼ਨ ਦੇ ਸਾਹਮਣੇ ਕਿਉਂਕਿ ਕਮਿਊਨਿਟੀ ਬਿਲਡਿੰਗ ਹੋ ਰਹੀ ਹੈ ਦੱਸਤਾ ਕਿ ਇਹ ਹੈ ਲੈਣਾ ਭਾਈ ਲੈਣਾ ਜਿਹਦੇ ਵਿੱਚ ਸਾਰੇ ਸੁਧਾਰ ਹੋ ਗਏ ਨੇ ਤੇ ਮੈਂ ਇਸ ਸੁਧਾਰੇ ਦੇ ਚਲਿਆ ਹਾਂ ਜਿੰਨੀਆਂ ਵੀ ਹੁਣ ਤਾਈਆਂ ਸੇ ਖਤਮ ਹੋ ਗਈਆਂ ਹੁਣ ਇਹ ਰਾਜ ਕਰਨਗੇ ਇਹਦਾ ਚੁਣੀ ਜਾਂਦੀ ਸੀ ਸਾਡੀ ਲੀਡਰਸ਼ਿਪ ਪਰ ਸਾਡੇ ਤਾਂ ਸੋਧੇ ਉਸ ਨੂੰ ਅਜੇ ਤੱਕ ਇਹ ਨਾ ਸਮਝ ਸਕੇ ਜਿਹੜੀ ਮਿਰਖਿਆਲੇ ਸੱਤੇ ਬਲਵੰਦ ਦੀ ਵਾਰ ਦੇ ਵਿੱਚੋਂ ਆ ਗੁਰਬਾਣੀ ਦੇ ਵਿੱਚ ਜਿਹਦਾ ਤੁਸੀਂ ਉਹਨੇ ਉਹਨੇ ਜ਼ਿਕਰ ਕੀਤਾ ਹੈ ਸੋਧੇ ਉਸ ਤੋਂ ਗੁਰਬਾਣੀ ਦੇ ਵਿੱਚ ਅਸਲ ਚ ਮੰਤਵ ਕੁਝ ਹੋਰ ਹੈ ਸੋਦੇ ਉਸ ਤੋਂ ਮਤਲਬ ਤੁਸੀਂ ਜਿਵੇਂ ਹੁਣੇ-ਹੁਣੇ ਜ਼ਿਕਰ ਕੀਤਾ ਹੈ ਕਿ ਜਿਹੜਾ ਅੰਦਰੋਂ ਜੋ ਕੁਝ ਜੋ ਕੁਝ ਸਾਡੇ ਅੰਦਰ ਪਿਆ ਸੀ ਉਹਨੂੰ ਕਲੀਅਰ ਕਰਕੇ ਸਾਫ਼ ਸਪਸ਼ਟ ਕਰਕੇ ਇੱਕ ਭਾਈ ਲੈਣੇ ਦੇ ਰੂਪ ਦੇ ਵਿੱਚ ਗੁਰੂ ਦੇ ਰੂਪ ਦੇ ਵਿੱਚ ਬਾਦ ਦੇ ਵਿੱਚ ਲਿਆ ਅੰਦਰ ਵੀ ਤੇ ਬਾਹਰ ਵੀ ਗੁਰਬਾਣੀ 'ਚ ਨਹੀਂ ਇਹ ਡਿਫਰੈਂਸ ਇਹ ਅਸੀਂ ਬਣਾ ਲੈਨੇ ਕੋਈ ਕਹਿੰਦਾ ਮੈਂ ਅੰਦਰੋਂ ਸਿੱਖਾਂ ਕੋਈ ਕਹਿੰਦਾ ਮੈਂ ਬਾਹਰੋਂ ਦਰਸ਼ਨੀ ਆ ਇਹ ਨਹੀਂ ਕੁਝ ਹਰ ਲੈਵਲ ਤੇ ਇਹ ਤਾਂ ਦੋ ਇੱਕ ਚੀਜ਼ਾਂ ਨੇ ਨਾ ਇੱਕ ਅੰਦਰਲੀ ਦੁਨੀਆ ਇੱਕ ਬਾਹਰਲੀ ਦੁਨੀਆ ਦੋਨੋਂ ਦੁਨੀਆ ਵਿੱਚ ਮਤਲਬ ਜਿਹੜੀ ਸਾਡੀ ਅੰਦਰਲੀ ਸਫਾਈ ਆ ਤੇ ਜਿਹੜੀ ਬਾਹਰਲੀ ਇਮੇਜ ਬਿਲਡਿੰਗ ਆ ਸਾਰਾ ਕੁਝ ਹੀ ਉਹਦੇ ਚ ਆ ਜਾਂਦਾ ਇਹਦੇ ਵਿੱਚ ਜਿਹਨੂੰ ਅਸੀਂ ਅੱਜਕੱਲ ਕਹਿੰਦੇ ਆ ਕਿ ਇੰਟਰਲੈਕਟ ਕੀ ਆ ਅਸੀਂ ਈਮੋਸ਼ਨ ਕੀ ਆ ਸਿੱਧਕ ਕੀ ਆ ਉਹ ਸਾਰਾ ਕੁਝ ਇਹਦੇ ਚ ਆਜੂ ਫਿਜ਼ੀਕਲ ਸਟਰੈਂਥ ਵੀ ਇਹਦਾ ਹਿੱਸਾ ਬਣਦੀ ਆ ਭਾਈ ਭਾਈ ਲੈਣੇ ਹੋਣਾ ਨੂੰ ਇਸੇ ਤਰ੍ਹਾਂ ਹੀ ਫਿਰ ਅਖਾੜੇ ਚੱਲੇ ਨਾ ਇਸੇ ਤਰ੍ਹਾਂ ਗੁਰਮੁਖੀ ਆਈ ਹੁਣ ਗੁਰਮੁਖੀ ਵੀ ਗਿਆਨ ਦਾ ਪ੍ਰਤੀਕ ਆ ਕਿਉਂਕਿ ਇਹਨੂੰ ਡਿਸਰਪਟ ਕੀਤਾ ਐਜੂਕੇਸ਼ਨ ਸਿਸਟਮ ਨੂੰ ਸੇ ਅਖਾੜੇ ਪ੍ਰਤੀਕ ਸੀਗੇ ਕਿ ਜਿਹੜੇ ਰਾਜਸੀ ਸੱਤਾਵਾਂ ਨੇ ਉਹਨਾਂ ਨਾਲ ਵੀ ਨਜਿੱਠਣ ਦੀ ਤਿਆਰੀ ਹੁਣ ਇਹ ਕਰਾਂਗੇ ਇਹਦਾ ਅਸੀਂ ਇੱਕ ਛੋਟਾ ਰੂਪ ਅੱਜ ਬਣਾ ਲਿਆ ਤੇ ਉਹ ਵੀ ਇੱਕ ਉਹਨੂੰ ਸੰਗਣਾ ਕਰਤਾ ਇਵੈਂਚੁਅਲੀ ਇਹ ਕੀਤਾ ਸੀ ਗੁਰੂ ਸਾਹਿਬਾਨ ਨੇ ਵੀ ਤੇ ਸਿੱਖਾਂ ਨੇ ਵੀ ਬੜਾ ਇਹਦਾ ਲਾਰਜ ਜਿਹੜਾ ਉਹਦਾ ਐਕਸਪੈਂਸ ਆ ਨਾ ਅੱਜ ਦੇ ਸਮਕਾਲੀ ਸਿੱਖਾਂ ਨੂੰ ਤੇ ਜਿਹੜੇ ਸਮਕਾਲੀ ਲੀਡਰਸ਼ਿਪ ਆ ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਸੁਧਾਣ ਦਾ ਮਤਲਬ ਹੈ ਸੁੱਧ ਹੋਣ ਦਾ ਮਤਲਬ ਗੁਰਬਾਣੀ 'ਚ ਆ ਕਿ ਜਿਹੜੀਆਂ ਵੀ ਉਹਨਟਾਈਆਂ ਰਹਿ ਗਈਆਂ ਨੇ ਉਹਨਾਂ ਨੂੰ ਖਤਮ ਕਰਾਉਣਾ ਤੇ ਜੇ ਅਸੀਂ ਉਹਨਟਾਈਆਂ ਖਤਮ ਨਹੀਂ ਕਰਾ ਰਹੇ ਤੇ ਮਾਰਨ ਮਰਾੜ ਤਾਂ ਆ ਜਾਗੇ ਤੇ ਪਿਛਲੇ 30 40 ਸਾਲਾਂ ਜਿਹੜਾ ਸੰਤਾਪ ਅਜੇ ਵੀ ਅਸੀਂ ਭੁਗਤ ਰਹੇ ਆਂ ਤੇ ਦੁਬਾਰਾ ਵੀ ਭੁਗਤਣਾ ਪਊ ਫਿਰ ਅਸੀਂ ਟੀਚੇ ਤੇ ਮੁਕਾਮ ਤੇ ਨਹੀਂ ਪਹੁੰਚ ਸਕਾਂਗੇ ਕਿਉਂ ਗੁਰਨਾਨਕ ਸਾਹਿਬ ਮੁਕਾਮ ਤੇ ਲੈ ਕੇ ਗਏ ਨੇ ਕਿਸ ਲੈਵਲ ਤੇ ਲੀਡਰਸ਼ਿਪ ਨੂੰ ਲੈ ਕੇ ਜਾਣਾ ਫਿਰ ਆਪਸ ਦੀਆਂ ਲੜਾਈਆਂ ਤੇ ਡੀਪ ਸਟੇਟ ਦੀਆਂ ਲੜਾਈਆਂ ਵਿੱਚ ਫਸੇ ਰਹਾਂਗੇ ਜਿਹੜੇ ਮੁਕਾਮ ਦੀ ਤੁਸੀਂ ਗੱਲ ਕੀਤੀ ਹੈ ਕਿ ਗੁਰਨਾਨਕ ਸਾਹਿਬ ਜਿਸ ਮੁਕਾਮ ਦੇ ਉੱਤੇ ਲੈ ਕੇ ਗਏ ਸਨ ਅਜੋਕੀ ਸਾਡੀ ਲੀਡਰਸ਼ਿਪ ਤੇ ਧਾਰਮਿਕ ਲੀਡਰਸ਼ਿਪ ਦੋ ਨੇ ਦੋਨਾਂ ਦੇ ਵਿੱਚੋਂ ਉੱਥੇ ਤੱਕ ਪਹੁੰਚਣ ਦੇ ਲਈ ਅਸੀਂ ناکਾਮ ਕਿਉਂ ਰਹੇ? ਸੱਤ ਸਮੁੰਦਰੋਂ ਪਾਰ ਆ ਕੇ ਜੇ ਕਹਿੰਨੇ ਆ ਨਾ ਇਹ ਸੱਤ ਸਮੁੰਦਰੋਂ ਕਿ ਅਸੀਂ ਵਿਦੇਸ਼ਾਂ ਜਾ ਕੇ ਵਿਦੇਸ਼ਾਂ ਜਾ ਕੇ ਸੈਟਲ ਕੀ ਕੀਤਾ ਸਭ ਤੋਂ ਪਹਿਲਾਂ ਅਸੀਂ ਗੁਰਦੁਆਰੇ ਸਟੈਬਲਿਸ਼ ਕੀਤੇ। ਹਰ ਥਾਂ ਦੇ ਉੱਤੇ ਸਾਡੇ ਕੋਲ ਇਤਿਹਾਸਿਕ ਗੁਰਦੁਆਰੇ ਕਿਸੇ ਮੁਲਕ ਚਲੇ ਜਾਓ ਜਿੱਥੇ ਸਿੱਖ ਰਹਿੰਦਾ ਥੋੜੀ ਜੀ ਆਬਾਦੀ ਉੱਥੇ ਵੀ ਗੁਰਦੁਆਰੇ ਅਸੀਂ ਸਟੈਬਲਿਸ਼ ਕਰ ਲੈ ਪਰ ਜਿਹੜਾ ਅਸਲ ਸਨੇਹਾ ਗੁਰੂ ਸਾਹਿਬ ਦਾ ਗੁਰਬਾਣੀ ਦੇ ਵਿੱਚ ਸੀ ਕੀ ਉਹਨੂੰ ਅਸੀਂ ਸਹੀ ਰੂਪ ਦੇ ਵਿੱਚ ਪ੍ਰਚਾਰਨ ਦੇ ਵਿੱਚ ਕਾਮਯਾਬ ਰਹਿ ਜਾ ਨਹੀਂ। ਆਫ ਕੋਰਸ ਸਾਡੇ ਸਾਹਮਣੇ ਨਹੀਂ ਹੋ ਪਾਏ। ਗੁਰਦੁਆਰੇ ਬਣਾਣੇ ਕੋਈ ਗਲਤ ਗੱਲ ਨਹੀਂ ਹੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਪੰਜਾਬ ਤੋਂ ਬਾਹਰ ਪਹਿਲਾ ਗੁਰਦੁਆਰਾ ਡਾਇਸਪੋਰਾ 'ਚ ਉਹਨਾਂ ਨੇ ਬਣਾਇਆ ਸੀ ਪਟਨੇ ਵਿੱਚ ਬਿਹਾਰ ਦੇ ਵਿੱਚ ਓਕੇ ਬਟ ਉਹ ਕਿਉਂ ਬਣਾਇਆ ਸੀ ਕਿਉਂਕਿ ਉਸ ਵੇਲੇ ਦਾ ਜਿਹੜਾ ਸਮਕਾਲੀ ਪੰਜਾਬ ਸੀ ਉਹ ਮਹੰਤਾਂ ਤੇ ਸਟੇਟ ਨਾਲ ਇਹਨਾਂ ਰਲ ਗਿਆ ਸੀ ਇਹ ਹੀ ਨਹੀਂ ਪਤਾ ਲੱਗਦਾ ਸੀ ਕਿ ਕਿਹੜਾ ਸਿੱਖ ਪ੍ਰਤੀਨਧ ਸਿੱਖਾਂ ਦੇ ਨਾਲ ਆ ਗੁਰੂ ਦੇ ਨਾਲ ਆ ਇਸ ਕਰਕੇ ਉਹ ਸੈਂਟਰ ਬਾਹਰ ਲੈ ਕੇ ਗਏ ਇਸ ਤਰ੍ਹਾਂ ਗੁਰਦੁਆਰੇ ਬਣੇ ਕਿਉਂਕਿ ਉਸ ਤੋਂ ਪਹਿਲਾਂ ਗੁਰਦੁਆਰੇ ਗੁਰਨਾਨਕ ਪਾਸ਼ਾ ਦੇ ਵੇਲੇ ਤੋਂ ਬਣ ਰਹੇ ਨੇ ਉਹਨਾਂ ਨੂੰ ਧਰਮਸਾਲ ਆਖਿਆ ਜਾਂਦਾ ਸੀ ਬਟ ਜਦ ਇੱਕ ਸਿੱਖ ਸੈਂਟਰ ਬਣਾਇਆ ਜਾਂਦਾ ਸੀ ਉਹਦਾ ਪਰਪਸ ਇਹ ਹੁੰਦਾ ਸੀ ਕਿ ਇੱਥੇ ਗੁਰੂ ਦੇ ਬੋਲ ਬਾਲੇ ਹੋਣਗੇ ਜੋ ਅਸੀਂ ਅਰਦਾਸ 'ਚ ਵੀ ਆਖਦੇ ਆਂ ਸੋ ਅੱਜ ਕੱਲ ਕਿਉਂ ਨਹੀਂ ਹੋ ਪਾਰਿਆ ਆਪਾਂ ਗੁਰਬਾਣੀ ਤੋਂ ਹੀ ਲੈ ਲੈਂਦੇ ਆਂ ਜਿੱਥੇ ਸੁਦੋਸ ਲਫ਼ਜ਼ ਆਇਆ ਉੱਥੋਂ ਹੀ ਲੈ ਲੈਂਦੇ ਆਂ ਉੱਥੇ ਇਹ ਲਿਖਿਆ ਕਿ ਗੁਰਵੰਗਤ ਪਾਸ਼ਾ ਨੂੰ दैवी ਗੁਣ ਉਹਨਾਂ ਦੇ ਭੈਣਪਰਾ ਬਣਾਤੇ ਇਹ ਗੱਲ ਬਹੁਤ ਸਮਝਣ ਵਾਲੀ ਆਂ दैवी ਗੁਣ ਡਿਵਾਈਨ ਵਰਚੂਜ਼ ਉਹਦੇ ਭੈਣਪਰਾ ਬ ਸੈਕੰਡ ਨੇਚਰ ਹੋ ਗਿਆ ਇਸ ਸਬਬ ਨਾਲ ਹੀ ਉਹਨਾਂ ਦੇ ਗੁਣ ਇਹਨਾਂ ਦੇ ਆ ਗਏ ਇਸ ਮਤਲਬ ਜਿਹੜੀ ਸਾਡੀ ਲੀਡਰਸ਼ਿਪ ਤਿਆਰ ਕੀਤੀ ਜਾ ਰਹੀ ਆ ਜਾਂ ਅਗਲੀ ਦੀ ਜਿਹੜੀ ਉਡੀਕ ਆ ਜਾਂ ਅਗਲਿਆਂ ਵਿੱਚ ਅਸੀਂ ਇਹਨਾਂ ਦੀ ਇੰਨੀ ਕ ਅਕਾਉਂਟੇਬਿਲਟੀ ਆਪਣੀ ਸੰਸਥਾ ਆਪਣੀ ਜਥੇਬੰਦੀ ਆਪਣੇ ਪੰਥ ਵਿੱਚ ਲੈ ਆਈਏ ਕਿ ਭਾਈ ਇਹ ਤਾਂ ਦੇਖ ਲਈਏ दैਵੀ ਗੁਣ ਨਾਲ ਹਨ ਕੀ ਨਹੀਂ ਅਸੀਂ ਗੁਰੂ ਨਹੀਂ ਬਣ ਸਕਦੇ ਪਰਫੈਕਸ਼ਨ 'ਚ ਨਹੀਂ ਆ ਸਕਦੇ ਬਟ ਅਸੀਂ ਐਕਸਲੈਂਸ ਵੱਲ ਤਾਂ ਜਾਣਾ ਇਹ ਹੋਊਗਾ ਸਾਡੇ ਵੱਲੋਂ ਆਪਣੀਆਂ ਸੁਧਾਈਆਂ ਕਰਨੀਆਂ ਉਹ ਸੁਧਾਈ ਦੇ ਵਿੱਚ ਫੇਰ ਜਿਹੜਾ दैਵੀ ਗੁਣ ਅਸੀਂ ਨਾਲ ਲਿਆਵਾਂਗੇ ਤਾ ਸਾਡੀ ਅਗਲੀ ਲੀਡਰਸ਼ਿਪ ਮੁਕਾਮ ਤੇ ਲਜਾਣ ਵਾਲੀ ਆਉ ਜਿਵੇਂ ਜੱਸਾ ਸਿੰਘ ਆਲੂਵਾਲੀਆ ਵੀ ਲੈ ਗਿਆ ਸੀ ਜੀ ਜੱਸਾ ਸਿੰਘ ਆਲੂਵਾਲੀਆਂ ਨੇ ਦੋ ਵੱਡੇ ਘੱਲੂ ਘਰ ਜੀਏ ਨੇ ਉਹਨੇ ਆਪਣੇ ਸਿੱਖਾਂ ਨੂੰ ਵੀ ਕਾਇਮ ਰੱਖਿਆ ਕਿ ਗਲਤ ਕੰਮ ਨਹੀਂ ਕਰਨੇ ਹੂੰ ਲੀਡਰਸ਼ਿਪ ਨੂੰ ਵੀ 1765 ਦੇ ਵਿੱਚ 750 ਬਾ ਜਿਹੜਾ ਪੰਜਾਬ ਗੁਲਾਮ ਰਿਹਾ ਉਹਨੂੰ ਆਜ਼ਾਦ ਕਰਾਇਆ ਇੱਕ ਇਨਡੀਜਨਸ ਰਾਜ ਦਿੱਤਾ ਮਹਾਰਾਜੇ ਨਜੀਤ ਸਿੰਘ ਤੋਂ 40 ਸਾਲ ਪਹਿਲਾਂ ਕਰਤਾ ਸੀ ਇਹ ਕੰਮ ਹੂੰ ਸੋ ਉਹ ਕਿਉਂ ਕਿਉਂਕਿ ਉਹਨਾਂ ਨੇ ਟ੍ਰੇਨਿੰਗ ਲਈ ਗੁਰਬਾਣੀ ਦੀ ਕਿ ਟ੍ਰੇਨਿੰਗ ਲਈ ਨਿਜਠਣ ਲਈ ਤੇ ਆਪਣੇ दैਵੀ ਗੁਣ ਕਾਇਮ ਰੱਖੇ ਸੋ ਇਹੀ दैਵੀ ਗੁਣਾਂ ਨੂੰ ਜਦ ਅਸੀਂ ਆਪਣੇ ਭੈਣ ਭਰਾ ਬਣਾਵਾਂਗੇ ਭਾਵ ਸਾਡੇ ਵਿੱਚ ਉਹ ਦਿਖੂਗਾ ਬਾਹਰੋਂ ਵੀ ਤੇ ਸਾਡੀ ਡਿਸੀਜਨ 메ਕਿੰਗ ਅੰਦਰੋਂ ਵੀ ਦਿਖੂਗਾ ਤਾਂ ਅਸੀਂ ਮੁਕਾਮਵਲ ਜਾ ਸਕਾਂਗੇ दैਵੀ ਗੁਣਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਗੁਰਬਾਣੀ ਮੁਤਾਬਕ दैਵੀ ਗੁਣਾਂ ਨੂੰ ਹੁਣ ਐਨੇ ਤੁਸੀਂ ਦੇਖੋ ਥਾਂ ਥਾਂ ਦੇ ਉੱਤੇ ਸਾਡੇ ਕੋਲ ਗੁਰਬਾਣੀ ਪੜਨ ਦੇ ਲਈ ਕਿਤੇ ਅਖੰਡ ਕੀਰਤਨੀਏ ਰੈਂਸ ਬਾਈਆਂ ਕਰ ਰਹੇ ਨੇ ਕਿਤੇ ਨਗਰ ਕੀਰਤਨ ਹੋ ਰਹੇ ਨੇ ਕਿਤੇ ਕੀਰਤਨ ਦਰਬਾਰ ਹੋ ਰਹੇ ਨੇ ਕਿਤੇ ਕਵੀ ਦਰਬਾਰ ਹੋ ਰਹੇ ਨੇ ਇਸ ਸਾਰਾ ਕੁਝ ਕੋਣ ਦੇ ਬਾਵਜੂਦ ਆ ਦੇਵੀ ਗੁਣਾ ਵਾਲੀ ਗੁਤਨੀ ਹੈ ਕਿਤੇ ਨਜ਼ਰ ਨਹੀਂ ਆ ਰਹੀ ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਤੁਹਾਡਾ ਸਦਕਾ ਦਾ ਪ੍ਰੋਗਰਾਮ ਹੈ ਸਦਕਾ ਦਾ ਮਤਲਬ ਤਾਂ ਇਹ ਹੈ ਸਬਰ ਹੈ ਨਾ ਸਦਕ ਉਹਦੀ ਰਹਿਮਤ ਪਰ ਅੱਜ ਉਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਗਵਾਚੀ ਕੋਈ ਹੈ ਸਿੱਖ ਸਿੱਖ ਦਾ ਦੁਸ਼ਮਣ ਕਿਉਂ ਬਣ ਗਿਆ ਇਹ ਪਹਿਲਾਂ ਵੀ ਹੋ ਰਿਹਾ ਜੀ ਸਾਨੂੰ ਇਹ ਗੱਲ ਨਾ ਤਾਂ ਨਿਕ ਪਰਾਨਾ ਚਾਹੀਦਾ ਓਕੇ ਕਠ ਗੁਰੂ ਅਰਜਨ ਪਾਤਸ਼ਾਹ ਵੇਲੇ ਜਿਹੜੇ ਉਹਨਾਂ ਦੇ ਵੱਲੋਂ ਉਹਨਾਂ ਦੇ ਅਗੇਂਸਟ ਗੁਰੂ ਥਾਪੇ ਗਏ ਸੀ ਸਟੇਟ ਵੱਲੋਂ ਉੱਥੇ ਜ਼ਿਆਦਾ ਹੋਣ ਲੱਗਿਆ ਸੀ ਤਾਂ ਹੀ ਭਾਈ ਗੁਰਦਾਸ ਜੀ ਨੇ ਵਾਰਾਂ ਲਿਖੀਆਂ ਨੇ ਲੋਕਾਂ ਨੂੰ ਲੈਸਣ ਲਈ ਕਿ ਅਸਲੀ ਗੁਰੂ ਕੌਣ ਆ ਸੋ ਇਹ ਤਾਂ ਹੋ ਜਿਹੜਾ ਐਮਪਾਇਰ ਹੁੰਦਾ ਜਿਹੜਾ ਸਟੇਟ ਹੁੰਦਾ ਉਹ ਇਹ ਕੰਮ ਕਰਦਾ ਹੀ ਕਰਦਾ ਕਿਉਂਕਿ ਉਹਨਾਂ ਨੇ ਆਪਣੀ ਹਜਮਨੀ ਆਪਣਾ ਦਬਾਅ ਪੂਰਾ ਰੱਖਣਾ ਹੁੰਦਾ ਜੀ ਦਾ ਫਿਰ ਇਵੈਂਚੁਅਲੀ ਜੇ ਉਹ ਬਾੜਾ ਜੇ ਲੀਡਰ ਬਹੁਤ ਹੀ ਮਾੜਾ ਆ ਜਾਵੇ ਫਿਰ ਉਹ دہشت گردੀ ਵੱਲ ਵੀ ਚਲੇ ਜਾਂਦੇ ਨੇ ਸੋ ਇਹ ਕਿਉਂ ਹੋ ਰਿਹਾ ਇਹ ਤਾਂ ਸਬਬ ਹੈਗਾ ਇਹ ਦੁਨੀਆ ਦਾ ਨਿਯਮ ਹੀ ਆ ਗੁਰੂ ਪਾਤਸ਼ਾਹ ਵੇਲੇ ਵੀ ਰਿਹਾ ਬਟ ਗੁਰੂਆਂ ਨੇ ਟ੍ਰੇਨਿੰਗ ਇਹ ਦਿੱਤੀ ਸੀ ਦੇਵੀ ਗੁਣ ਸਾਡੇ ਵਿੱਚ ਆਣਗੇ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਅਸੀਂ ਹੋਵਾਂਗੇ ਜਦ ਲੀਡਰਸ਼ਿਪ ਜਾਂ ਜਥੇਬੰਦੀਆਂ ਇਹ ਕੋਈ ਨਾ ਅਸੀਂ ਲਈਏ ਕਿ ਜਥੇਬੰਦੀਆਂ ਜੀ ਇਹ ਜਥੇਵਾੜੇ ਨੇ ਇਹ ਟਕਸਾਲ ਵਾਲੇ ਨੇ ਮਿਸ਼ਨਰੀ ਨੇ ਇਹ ਤਾਂ ਇਮੈਚੂਰ ਗੱਲਾਂ ਨੇ ਇਹ ਪਹਿਲਾਂ ਵੀ ਹੁੰਦੀ ਸੀ ਜਦ 10ਵੇਂ ਪਾਤਸ਼ਾਹ ਨੇ ਪਹਿਲਾਂ ਭੰਗਾਣੀ ਦਾ ਜੋ ਉਹ ਲੜਿਆ ਉੱਥੇ ਇੱਕ ਹਲਵਾਈ ਵੀ ਲੜਨ ਆਇਆ ਤੇ ਜਿਹੜੇ ਆਪਣੇ ਆਪ ਨੂੰ ਵੱਡੇ ਸਿੱਖ ਖਾਉਂਦੇ ਸੀ ਉਹ ਭੱਜ ਵੀ ਗਏ ਤੇ ਪੀਰ ਬੁੱਧੂ ਸ਼ਾਹ ਦੇ ਮুরিਦ ਵੀ ਲੜਨ ਆਏ ਦੇਖੋ ਗੱਲ ਇਹ ਨਹੀਂ ਹੁੰਦੀ ਕਿ ਕੌਣ ਕੀ ਅਖਾਰੇ ਆਪਣੇ ਆਪ ਨੂੰ ਗੱਲ ਇਹ ਹੁੰਦੀ ਹੈ ਕਿ ਕਿਹੜੇ ਗੁਣਾ ਨਾਲ ਉਹ ਗੁਰੂ ਦੇ ਨਾਲ ਖੜਾ ਜਿਹੜੇ ਗੁਣ ਛੁਪੇ ਨਹੀਂ ਹੋਏ ਉਹ ਅੰਦਰੋਂ ਵੀ ਬੜੇ ਕਲੀਅਰ ਨੇ ਉਹ ਤੁਹਾਡੀ ਡਿਸੀਜਨ 메ਕਿੰਗ ਚ ਆ ਜਾਂਦੇ ਨੇ ਤੇ ਬਾਹਰੋਂ ਵੀ ਕਲੀਅਰ ਨੇ ਵਿੱਚ ਪਬਲਿਕ ਨੂੰ ਵੀ ਕਲੀਅਰ ਹੁੰਦਾ ਕਿ ਕੌਣ ਕਿੱਥੇ ਖੜਾ ਅ ਤੁਸੀਂ ਲੀਡਰਸ਼ਿਪ ਦੀ ਗੱਲਬਾਤ ਕੀਤੀ ਹੈ ਤੇ ਦੇਵੀ ਗੁਣਾਂ ਦੀ ਗੱਲਬਾਤ ਕੀਤੀ ਹੈ ਮੈਂ ਕੱਲ ਦੇਖ ਕੇ ਮੈਨੂੰ ਹਾਸਾ ਵੀ ਆ ਰਿਹਾ ਸੀ ਤੇ ਨਾਲ ਰੋਣਾ ਵੀ ਆ ਰਿਹਾ ਸੀ ਜਦੋਂ ਦਿੱਲੀ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਧਰਨਾ ਦੇਈ ਬੈਠੇ ਸਾਡੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਬੈਠੇ ਆਂ ਉਸ ਲੀਡਰਸ਼ਿਪ ਨੂੰ ਦੇਖ ਕੇ ਇਉਂ ਲੱਗ ਰਿਹਾ ਸੀ ਕਿ ਦੇਵੀ ਗੁਣਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ ਗੁਰਮਤ ਵਾਲੀ ਜਾਂ ਗੁਰਬਾਣੀ ਵਿੱਚ ਜਿਹੜੇ ਦੇਵੀ ਗੁਣਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਜਾ ਜਿਹੜੀ ਲੀਡਰਸ਼ਿਪ ਭਾਈ ਲੈਣਾ ਉਸ ਵੇਲੇ ਗੁਰੂ ਨਾਨਕ ਪਾਸ਼ਾ ਨੇ ਦਿੱਤੀ ਉਹ ਤਾਂ ਸਾਡੇ ਚ ਲੈ ਜ ਨਹੀਂ ਆ ਰਹੀ ਕਿਤੇ ਉਹ ਬਿਲਕੁਲ ਨਹੀਂ ਆਉਗੀ ਜੀ ਸਿਰਫ ਉਹਨਾਂ ਚ ਹੀ ਨਹੀਂ ਨਜ਼ਰ ਆ ਰਹੀ ਜਿਹੜੇ ਜੰਤਰ ਮੰਤਰ ਤੇ ਸੀ ਜਿਹੜੇ ਉੱਥੇ ਇਸ ਵੇਲੇ ਨਹੀਂ ਬੈਠੇ ਉਹਨਾਂ ਵਿੱਚ ਵੀ ਨਹੀਂ ਨਜ਼ਰ ਆਉਂਦੀ ਕਿਉਂਕਿ ਗੱਲ ਕੀ ਆ ਇਹ ਹੈਗੀ ਇਲੈਕਟੋਰਲ ਪੋਲਿਟਿਕਸ ਦੇ ਹਿੱਸੇ ਵਾੜੀਆਂ ਗੱਲਾਂ ਜਿਹੜੀਆਂ ਤੁਸੀਂ ਅਸਾਰਾ ਕੀਤਾ ਤੇ ਗੁਰੂ ਨਾਨਕ ਪਾਸ਼ਾ ਨੇ ਪਹਿਲੇ ਦਿਨ ਤੋਂ ਸਾਨੂੰ ਚੇਤਾਵਨੀ ਦਿੱਤੀ ਹੈ ਇਹਦੀ ਕਿ ਜਿਹੜਾ ਕੱਲਾ ਮੀਰ ਆ ਤੇ ਜਿਹੜਾ ਕੱਲਾ ਪੀਰ ਆ ਉਹ ਕਦੇ ਵੀ ਠੀਕ ਕੰਮ ਨਹੀਂ ਕਰੋ ਉਹ ਤਾਂ ਕਿਉਂਕਿ ਜਿਹੜਾ ਕੱਲਾ ਪੀਰ ਆ ਉਹ ਲੋਕਾਂ ਦੇ ਅੰਧਵਿਸ਼ਵਾਸ ਤੇ ਰੋਟੀਆਂ ਸੇਕਦਾ ਗੁਰੂ ਸਾਹਿਬ ਨੇ ਆਪ ਲਿਖਿਆ ਕਹਿੰਦੇ ਉਸ ਦਿਨ ਮੁਗਲਾਂ ਨੂੰ ਕਿਉਂ ਨਹੀਂ ਅੰਦਾ ਕਰਤਾ ਜਦੋਂ ਲੋਕਾਂ ਨੂੰ ਮਾਰਨ ਆਏ ਸੀ ਹੂੰ ਤੇ ਜਿਹੜਾ ਕੱਲਾ ਮੀਰ ਆ ਉਹਨੂੰ ਇੰਨਾ ਨਸ਼ਾ ਛੜ ਜਾਂਦਾ ਪਾਵਰ ਦਾ ਉਹਨੇ ਤਾਂ ਕਰਨਾ ਹੀ ਆ ਤਾਂ ਕਿ ਦਰਦ ਨਾ ਆਇਆ ਬੜੇ ਫਿਰ ਸ਼ਬਦ ਅਸੀਂ ਗਾਣੇ ਆ ਰਾਈਟ ਉਹ ਸਾਨੂੰ ਕਲੀਅਰਲੀ ਦੱਸਿਆ ਉਹਨਾਂ ਨੇ ਗੁਰੂ ਸਾਹਿਬ ਨੇ ਦੱਸਿਆ ਕਿ ਮੀਰ ਤੇ ਪੀਰ ਤਾਂ ਇਹੀ ਕਰਦੇ ਨੇ ਤੇ ਫਿਰ ਸਾਨੂੰ ਆਪਣੇ ਵਿੱਚ ਇਹ ਐਕਟਿਵਿਜ਼ਮ ਲਿਆਉਣਾ ਸੋ ਜਿਹੜੇ ਬੰਦਿਆਂ ਨੂੰ ਪਾਵੇਂ ਇਸ ਵੇਲੇ ਉਹ ਸਤਾਚ ਨੇ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਜਿਹੜੇ ਸਤਾਚ ਸੀ ਪਹਿਲੇ 10 ਸਾਲ ਪਹਿਲਾਂ ਦਿੱਲੀ ਵਿੱਚ ਜਾਂ ਪੰਜਾਬ ਦੇ ਵਿੱਚ ਉਹ ਇਹ ਕੰਮ ਨਹੀਂ ਕਰਦੇ ਜਦੋਂ ਸਤਾਚ ਹੁੰਦੇ ਨੇ ਕਿਉਂ ਨਹੀਂ ਕਰਦੇ ਕਿਉਂਕਿ ਤੁਹਾਡੇ ਤੇ ਮੇਰੇ ਵਰਗਿਆਂ ਨੂੰ ਜਿਨ੍ਹਾਂ ਨੇ অপਸ਼ਨਸ ਅਸੀਂ ਐਕਸਰਸਾਈਜ਼ ਕਰ ਰਹੇ ਨੇ ਪੰਜਾਬ ਦਾ ਵੋਟਰ ਵੀ ਐਕਸਰਸਾਈਜ਼ ਕਰ ਰਿਹਾ ਉਹ ਵੀ ਕੀ ਕਰਨ देयर इज ਅ ਵੈਕਿਊਮ ਦਾ ਹੈਗਾ ਲੀਡਰਸ਼ਿਪ ਦਾ ਵੈਕਿਊਮ ਪਬਲਿਕ ਪੋਲੀਟੀਕਲ ਕੌਨਸ਼ੀਅਸਨੈਸ ਦਾ ਵੈਕਿਊਮ ਨਹੀਂ ਆ ਇੱਥੇ ਤਾਂ ਸਾਨੂੰ ਸੰਗਤ ਨੂੰ ਜਿਵੇਂ ਉਸ ਵੇਲੇ ਲਿਖਿਆ ਨਾ ਸ਼ਬਦ ਦੇ ਵਿੱਚ ਸੰਗਤ ਨੂੰ ਕੋਖਿਆ ਸੰਗਤ ਆ ਰਹੀ ਆ ਤੁਸੀਂ ਪਿਛਲੇ 7 ਸਾਲਾਂ ਚ ਪੋਲਿਟিক্যাল ਕੌਨਸ਼ੀਅਸਨਸ ਦੇਖੋ ਪੰਜਾਬੀ ਸਿੱਖਾਂ ਦੀ ਕਿੰਨੀ ਜ਼ਬਰਦਸਤ ਆ ਬਟ ਲੀਡਰਸ਼ਿਪ ਦੀ ਜਿਹੜਾ ਵੈਕਿਊਮ ਆ ਨਾ ਉਹ ਜੱਤੇਕਰ ਉਹ ਹਾਇਰ ਲੈਵਲ ਦੇ दैਵੀ ਗੁਣ ਨਹੀਂ ਲਿਆਣਗੇ ਜਦੋਂ ਆਗੂ ਸਾਡਾ ਅੰਨਾ ਨਹੀਂ ਹੋ ਗੁਰੂ ਸਾਹਿਬ ਨੇ ਆਗੂ ਲਫ਼ਜ਼ 네ਗੇਟਿਵਲੀ ਯੂਜ਼ ਕੀਤਾ ਐਸੇ ਕਰਕੇ ਕਿਉਂਕਿ ਉਹ ਲੀਡਰ ਹੈਗਾ ਸਿਰਫ ਆ ਵਪਾਰੀ ਕਰਨ ਵਾਲਾ ਜਾਂ ਸੱਤਾ ਵਾਲਾ ਸਾਡਾ ਜਦ ਅੰਨਾ ਆਗੂ ਹਟੂ ਵਿਚ ਮੀਨਸ ਕਿ ਜਦ ਹੁਣ ਸੰਗਤ ਇੰਨੀ ਹੋਰ ਕੌਨਸ਼ੀਅਸ ਹੋ ਗਈ ਆ ਪੋਲਿਟਿਕਲੀ ਉਹ ਲੀਡਰਸ ਨੂੰ ਵੀ ਕੌਨਸ਼ੀਅਸ ਕ੍ਰੀਏਟ ਕਰ ਰਹੀ ਆ ਇਹਦੇ ਵਿੱਚੋਂ ਸਾਡੇ ਕੋਲ ਉਹ ਦੇਵੀ ਗੁਣ ਵਾਲਾ ਜਦ ਆਉ ਉਹ ਪੰਜਾਬ ਦਾ ਵੀ ਭਲਾ ਕਰੂ ਉਹ ਪੰਥ ਦਾ ਵੀ ਭਲਾ ਕਰੂ ਉਹ ਸਰਬੱਤ ਦਾ ਵੀ ਭਲਾ ਕਰੂ ਮੇਰਾ ਖਿਆਲ ਹੈ ਸ਼ਬਦ ਹੁੰਦਾ ਗੁਰਮਾਨ ਅੰਨਾ ਅਗੂ ਜੇਤੀ ਹੈ ਸਵਾਤ ਮੁਹਾਵੇ ਕੋ ਇਸ ਤਰ੍ਹਾਂ ਕਰਕੇ ਹੈ ਪਰ ਜਿਹੜੇ ਸ਼ਬਦ ਦੀ ਅੱਜ ਤੁਸੀਂ ਜਾਂ ਸੋ ਦੋਸ ਤਾਂ ਲਹਿਣਾ ਟਿਕੇ ਹੁਣ ਇਸ ਤੋਂ ਪਹਿਲਾਂ ਸਿੱਖਾਂ ਪੁੱਤਰਾਂ ਕੋਖ ਕੇ ਸਭ ਓਮਤ ਵੇਖਿਓ ਜੇ ਕਿਉਂ ਹਾਂਜੀ ਅੱਜ ਉਹ ਸਿੱਖਾਂ ਤੇ ਪੁੱਤਰਾਂ ਵਾਲੀ ਗੱਲ ਇਹ ਦੂਜੇ ਪਾਸੇ ਕਿਉਂ ਤੁਰ ਪਈ ਕਿਉਂਕਿ ਅਸੀਂ ਕੋਖੜਦੇ ਨਹੀਂ ਜਦ ਸਾਡੀ ਮਤਲਬ ਦਾ ਬੰਦੇ ਦੀ ਸਰਕਾਰ ਬਣ ਜਾਂਦੀ ਆ ਉਹੀ ਬੰਦੇ ਜਿਹੜੇ ਕੁਐਸਚਨ ਕਰਦੇ ਸੀ ਵਿਚ ਇਜ਼ ਗੁੱਡ ਥਿੰਗ ਟੂ ਡੂ ਐਕਟਿਵਿਸਟ ਦੇ ਰੂਪ ਵਿੱਚ ਜਰਨਲਿਸਟ ਦੇ ਰੂਪ ਵਿੱਚ ਉਸੇ ਉਸੇ ਸਰਕਾਰ ਦੀ ਉਹ ਗੁਣਗਾਨ ਲੱਗ ਜਾਂਦੇ ਨੇ ਕਿਉਂਕਿ ਹੁਣ ਆਪੋਜੀਸ਼ਨ ਦਾ ਪਾਵਰ ਚ ਆ ਜਾਂਦੇ ਨੇ ਕੋਖਣ ਦਾ ਮਤਲਬ ਹੁੰਦਾ ਉਹ ਹੁੰਦਾ ਟੈਸਟਿੰਗ ਪੀਰੀਅਡ ਕਿ ਜਿਹੜੇ ਤੁਹਾਡੇ ਆਫਸਪ੍ਰਿੰਗਸ ਨੇ ਹੁਣ ਪੰਜਾਬ ਦੀ ਪੋਲਿਟਿਕਸ ਦੇ ਵਿੱਚ 6 ਪਰਿਵਾਰਾਂ ਦੇ ਹੀ ਸਾਰਾ ਰੂਲਿੰਗ ਚੱਲਦਾ ਸੀ ਨਾ ਉਹਨਾਂ ਨੂੰ ਵੀ ਨੇ ਕੋਖਿਆ ਜਾ ਰਿਹਾ ਸੀ ਪੁੱਤ ਉਹ ਪੁੱਤਰਾਂ ਦੀ ਗੱਲ ਹੋ ਗਈ ਤੇ ਸਿੱਖਾਂ ਦੀ ਗੱਲ ਹੋ ਗਈ ਜਿਹੜੇ ਆਪਣੇ ਆਪ ਨੂੰ ਉਸ ਸਿਸਟਮ ਵਾਲੇ ਮੰਨਦੇ ਸੀ ਮਤਲਬ ਭਾਵੇਂ ਬਾਇਓਲੋਜੀਕਲੀ ਤੁਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹੋ ਕਿ세 ਆਈਡੀਓਲੋਜੀ ਕਰਕੇ ਮੰਦੇ ਹੋ ਆਪਾਂ ਇਸ ਦਫਾੜੇ ਚ ਵੀ ਨਾ ਫਸੀਏ ਇਹ ਡੈਫੀਨੇਸ਼ਨ ਨਾ ਫੜਿਓ ਜਿਆਦਾ ਇਹ ਤਾਂ ਐਸਜੀਪੀਸੀ ਤੇ ਹਿੰਦੁਸਤਾਨ ਦੀ ਪਾਰਲੀਮੈਂਟ ਚੇਂਜ ਕਰਦੀ ਰਹਿੰਦੀ ਹੈ ਵੋਟਾਂ ਕਰਕੇ ਸਿੱਖ ਕੌਣ ਆ ਜਿਹੜਾ ਆਪਣੇ ਆਪ ਨੂੰ ਸੈਲਫ ਆਈਡੈਂਟੀਫਾਈ ਕਰ ਰਿਹਾ ਜਦ ਉਹਨਾਂ ਵਿੱਚੋਂ ਵੀ ਘੋਖਿਆ ਜਾਓ ਜਿਹੜਾ ਪਬਲਿਕਲੀ ਆਈ ਥਿੰਕ ਹੋ ਰਿਹਾ ਹੁਣ ਪਿਛਲੇ 7 ਸਾਲਾਂ ਵਿੱਚ ਇਸ ਪਬਲਿਕ ਦੀ ਡਿਮਾਂਡ ਕਰ ਰਹੀ ਹੈ ਸੰਗਤ ਦੀ ਡਿਮਾਂਡ ਕਰ ਰਹੀ ਆ ਬੜਾ ਜਿਹੜਾ ਉਮਤ ਲੱਭ ਜਾਣਾ ਮੈਂ ਉੱਥੇ ਆਵਾਂਗਾ ਸੋ ਪੁੱਤਰਾਂ ਤੇ ਸਿੱਖਾਂ ਨੂੰ ਤਾਂ ਘੋਖਿਆ ਜਾ ਰਿਹਾ ਹੁਣ ਜੀ ਬਟ ਹੋਰ ਘੋਖਣ ਦੀ ਲੋੜ ਆ ਸਿੱਖੀ ਦੇ ਨੀਮਾ ਪ੍ਰਿੰਸੀਪਲਸ ਦੇ ਅਨੁਸਾਰ ਇਹ ਨਹੀਂ ਕਿ ਮੈਂ ਕਿੰਨੇ ਵਜੇ ਉੱਠਣਾ ਤੇ ਮੇਰੀ ਜੱਥੇਬੰਦੀ ਕੀ ਕਹਿੰਦੀ ਹੈ ਸਿੱਖੀ ਦੇ ਪ੍ਰਿੰਸੀਪਲਸ ਦੇ ਮੁਤਾਬਕ ਜਿਹੜਾ ਇੱਕ ਓੰਕਾਰ ਤੋਂ ਗੁਰਪ੍ਰਸਾਦ ਦੇ ਵਿੱਚ ਬੜਾ ਕਲੀਅਰਲੀ ਦੱਸਦਾ ਜਿਹੜਾ ਵਨੈਸ ਦੀ ਗੱਲ ਕਰੇ ਜਿਹੜੇ ਕ੍ਰੀਏਟੀਵਿਟੀ ਦੀ ਗੱਲ ਕਰਨ ਜਿਹੜੇ ਨਿਰਭਉ ਨਿਰਵੈਰ ਇਕੱਠਾ ਰੱਖਣ ਕੱਲਾ ਨਿਰਭਉ ਹੋ ਜਾਣਾ ਇਹ ਨਹੀਂ ਨਿਰਵੈਰਤਾ ਜੇ ਤੁਸੀਂ ਇੰਨੀ ਕਾਇਮ ਕਰ ਲਈ ਹੈਗੀ ਸੋ ਉਹ ਜਿਹੜੇ ਕਰ ਰਹੇ ਨੇ ਉਹ ਫਿਰ ਉਮਤ ਦੇ ਸਾਹਮਣੇ ਲਿਆਇਆ ਜਾਵੇ ਜਿੰਨੂੰ ਅਸੀਂ ਸੰਗਤ ਲਵਜ ਆਖਦੇ ਹਾਂ ਨਾ ਅੱਜਕੱਲ ਉਮਤ ਉਸ ਦਾ ਨੈਕਸਟ ਵਰਜ਼ਨ ਹੁੰਦਾ ਜਿਹਨੂੰ ਕਮਿਊਨਿਟੀ ਬਿਲਡਿੰਗ ਤੇ ਨੇਸ਼ਨ ਬਿਲਡਿੰਗ ਆਖਿਆ ਜਾਂਦਾ ਅੱਜਕੱਲ ਅਰਬੀ ਦਾ ਲਫ਼ਜ਼ ਆ ਉਹਨਾਂ ਵਿੱਚ ਆਉਂਦਾ ਕਿ ਜਿਹਨੇ ਰਾਜ ਕਾਇਮ ਕੀਤਾ ਉਹ ਉਮਮਤ ਉਹ ਨੇਸ਼ਨ ਤੇ ਮੈਂ ਇਸ ਕਰਕੇ ਦੀ ਗੱਲ ਕਰ ਰਿਹਾ ਇਹ ਤੀਜੀ ਪੌੜੀ ਦੀਆਂ ਗੱਲਾਂ ਨੇ ਸ਼ੁਰੂ ਦੀ ਪੌੜੀ ਵਿੱਚ ਦੱਸਤਾ ਕਿ ਕਿਉਂ ਕੀਤਾ ਜਾ ਰਿਹਾ ਸਭ ਕੁਝ ਬਿਕੋਜ਼ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੇ ਕਿਉਂਕਿ ਗੁਰਨਾਮਕ ਸਾਹਿਬ ਨੇ ਰਾਜ ਕਾਇਮ ਕੀਤਾ ਧਰਮ ਨਹੀਂ ਕਾਇਮ ਕੀਤਾ ਰਾਜ ਚਲਾਣ ਲਈ ਤੁਹਾਡੀ ਕੁਆਲੀਫਿਕੇਸ਼ਨਸ ਹੁੰਦੀਆਂ ਨੇ ਇਹ ਕੁਆਲੀਫਿਕੇਸ਼ਨਸ ਨੂੰ ਘੋਖਣ ਦੀ ਲੋੜ ਆ ਤੇ ਜਿਹੜਾ ਉਹਦੇ ਤੇ ਬਿਲਕੁਲ ਕਲੀਅਰ ਹੋ ਜੂ ਬਰੀਅਰ ਕਲੀਨ ਹੋ ਜੂ ਪੀਨੂ ਪਰਫੈਕਸ਼ਨ ਦੇ ਨੇੜੇ ਆ ਜੂ ਨਿਰਮਲ ਹੋ ਜੂ ਜਿਹੜੇ ਸਾਡੇ ਲਵਜ ਨੇ ਉਹਨੂੰ ਫਿਰ ਰਾਜ ਕਰਨ ਦੀ ਹੱਕ ਹੈਗਾ ਉਹ ਕੁਆਲੀਫਾਈਡ ਆ ਉਹ ਗੁਰੂ ਅਰਜਨ ਸਾਹਿਬ ਨੇ ਲਿਖਤਾ ਤਖਤ ਰਾਜਾ ਸੋਭ ਹੈ ਜੋ ਤਖਤੇ ਲਾਇਕ ਹੋਈ ਇਹ ਲਾਇਕੀ ਦੇ ਲਈ ਇਹ ਟਿੱਕੇ ਦੀ ਵਾਰ ਆਖੀ ਜਾਂਦੀ ਆ ਪੰਜਾਬ ਦੇ ਵਿੱਚ ਮੈਂ ਆਪਜੀ ਦਰਸ਼ਕਾਂ ਨਾਲ ਸ਼ੇਅਰ ਕਰਾਂ ਜਿਹੜੇ ਪੰਜਾਬ ਦੇ ਸਿੱਖ ਨੇ ਜਾਂ ਇੱਥੇ ਵੀ ਰਹਿੰਦੇ ਨੇ ਇਹ ਟਿੱਕੇ ਦੀ ਵਾਰ ਨੂੰ ਸਮਝਣਾ ਇਸ ਕਰਕੇ ਜ਼ਰੂਰੀ ਹੈ ਕਿਉਂ ਗਾਈ ਜਾਂਦੀ ਸੀ ਨਾਲ ਨਾਲ ਇਹਨਾਂ ਸੰਦਰ ਘਟੀਆਂ ਵਿੱਚ ਵੀ ਇਹ ਪਬਲਿਸ਼ ਆ ਕਿਉਂਕਿ ਇਹ ਸਾਨੂੰ ਦੱਸਿਆ ਜਾਂਦਾ ਸੀ ਕਿ ਜਿਹਨੇ ਗੁਰਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਕਰਨਾ ਉਹ ਇਸ ਤਰ੍ਹਾਂ ਆਪਣੇ ਆਪ ਨੂੰ ਕੁਆਲੀਫਾਈ ਕਰੇ ਉਹ ਹਿੰਦੁਸਤਾਨੀ ਪਰੰਪਰਾਵਾਂ ਨੂੰ ਵੀ ਸਮਝਦੇ ਨੇ ਉਹ ਜਿਹੜੀਆਂ ਸਮਾਜਿਕ ਪਰੰਪਰਾਵਾਂ ਨੂੰ ਵੀ ਸਮਝਦੇ ਆ ਬਟ ਉਹ ਉਥੋਂ ਗਹਾਂ ਉੱਠ ਕੇ ਜਿਹੜਾ ਮਿਆਰ ਜਿਹੜਾ ਸਟੈਂਡਰਡ ਜਿਹੜਾ ਗੁਰਮਤ ਸਟੈਂਡਰਡ ਗੁਰੂ ਨਾਨਕ ਸਾਹਿਬ ਨੇ ਕਾਇਮ ਕੀਤਾ ਉਹਨੂੰ ਉਹ ਫਾਲੋ ਕਰਦੇ ਨੇ ਬਾਕੀ ਚੀਜ਼ਾਂ ਦੀ ਉਹਨਾਂ ਨੂੰ ਸਮਝ ਆ ਬਟ ਉਹਨੂੰ ਫਾਲੋ ਨਹੀਂ ਕਰਦੇ ਤੁਸੀਂ ਨਿਰਮਲ ਹੋਣ ਦੀ ਗੱਲ ਕੀਤੀ ਆ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਇਹ ਜਿਹੜੇ ਅੰਦਰ ਤੇ ਬਾਹਰ ਨਿਰਮਲ ਹੋਣ ਵਾਲੀ ਗੱਲ ਬਾਤ ਬਾਹਰ ਤਾਂ ਅਸੀਂ ਬੜਾ ਸੋਹਣਾ ਦਾੜਾ ਪ੍ਰਕਾਸ਼ ਕਰ ਲਿਆ ਬਾਹਰ ਸੋਹਣੇ ਕਾਕਾਰ ਸਜਾ ਲਿਆ ਸੋਹਣੀ ਦਸਤਾਰ ਸਜਾ ਲਈ ਅੰਦਰ ਨਿਰਮਲ ਹੋਣ ਦੀ ਕਸਵੱਟੀ ਸਾਡੇ ਕੋਲ ਕੀ ਹੈ ਉਹ ਨਹੀਂ ਪਤਾ ਲੱਗ ਰਿਹਾ ਬਾਹਰੋਂ ਆਇਆ ਨੂੰ ਲੱਗਦਾ ਕਿ ਗੁਰਸਿੱਖ ਹੈ ਬੜਾ ਸੋਹਣਾ ਦਸਤਾਰਾ ਸਜਾਇਆ ਬੜਾ ਰੂਪ ਵਾਲੀ ਬੜੀ ਬੜਾ ਵਧੀਆ ਪਰ ਅੰਦਰ ਜਦੋਂ ਪਤਾ ਲੱਗਦਾ ਕਿ ਅੰਦਰ ਤਾਂ ਜ਼ਹਿਰ ਦੇ ਪਿਆਲੇ ਬੈਠੇ ਨੇ ਵੇਖੋ ਜੀ ਖਾਲਸਾ ਮੇਰਾ ਰੂਪ ਹੈ ਖਾਸ ਇਹ ਸੰਗਤੀ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ 10ਵੇਂ ਪਾਤਸ਼ਾਹ ਨੇ ਇਹ ਵਡਿਆਈ ਦਿੱਤੀ ਆ ਜੀ ਇਸ ਤੋਂ ਪਹਿਲਾਂ ਹੀ 6ਵੇਂ ਪਾਤਸ਼ਾਹ ਵੇਲੇ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਚ ਲਿਖਿਆ ਹੋਇਆ ਕਿ ਜਦ 6ਵੇਂ ਪਾਤਸ਼ਾਹ ਦਾ ਰੂਪ ਦੇਖਿਆ ਨਾ ਕਿ ਇਹਨਾਂ ਦਾ ਰੂਪ ਥੋੜਾ ਜਿਹਾ ਡਿਫਰੈਂਟ ਹੋਇਆ ਜਿਹਨੂੰ ਆਪਾਂ ਕਹਿੰਦੇ ਆ ਉਹ ਡਿਫਰੈਂਟ ਨਹੀਂ ਸੀ ਲੋਕਾਂ ਨੂੰ ਡਿਫਰੈਂਟ ਲੱਗਿਆ ਕਿਉਂਕਿ ਉਹਨਾਂ ਨੇ ਸਟੇਟ ਦੇ ਨਾਲ ਲੜਾਈਆਂ ਵੀ ਲੜੀਆਂ ਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਵੀ ਕੀਤਾ ਗਿਆ ਉਸ ਵੇਲੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਕੁਝ ਸਿੱਖਾ ਨੂੰ ਲੱਗਿਆ ਹੁਣ ਅਸੀਂ ਬਾਹਰੋਂ ਇਦਾਂ ਦੇ ਬਣ ਜਾਈਏ ਬਟ ਅੰਦਰੋਂ ਨਾ ਬਣੀਏ ਇਹ ਚੇਤਾਵਨੀ ਦਿੱਤੀ ਹੈ ਸਾਨੂੰ ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਰੂਪ ਦੇ ਅਗੇਂਸਟ ਨਹੀਂ ਗੱਲ ਕਰਨੀ ਆਪਾਂ ਰੂਪ ਤਾਂ ਇੱਕ ਖਾਸ ਹੈਗਾ ਇਹ ਦਸਵੇਂ ਪਾਤਸ਼ਾਹ ਨੇ ਦਿੱਤਾ ਬਟ ਜਿਹੜੇ ਅੰਦਰਲੇ ਗੁਣ दैਵੀ ਗੁਣ ਜਿਹੜੇ ਗੁਣਾਂ ਨੂੰ ਨਾਲ ਨਹੀਂ ਰੱਖ ਰਹੇ ਉਹਨਾਂ ਨੂੰ ਬਹਿਰੂਪੀ ਆਖਿਆ ਜਾਂਦਾ ਉਥੇ ਗੁਰੂ ਸਾਹਿਬ ਨੇ ਵੀ ਕਹਿਤਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਏ ਰਹਿਤ ਹੁੰਦਾ ਲਾਈਫ ਸਟਾਈਲ ਰਹਿਤ ਸਿਰਫ ਆਪਣਾ ਨਿਥ ਨਿਯਮ ਕਰਨਾ ਨਹੀਂ ਹੁੰਦਾ ਉਹ ਤਾਂ ਇੱਕ ਪਰਸਨਲ ਡਿਸਪਲਾਈਨ ਦਾ ਰਹਿਤ ਤੁਸੀਂ ਆਪਣੀ ਜਥੇਬੰਦੀ ਚ ਕੀ ਕਰਦੇ ਹੋ ਉਹ ਨਹੀਂ ਹੁੰਦਾ ਉਹ ਤੁਹਾਡਾ ਡਿਸਪਲਿਨ ਹੈ ਰਹਿਤ ਹੁੰਦਾ ਲਾਈਫ ਸਟਾਈਲ ਮਤਲਬ ਲਾਈਫ ਵਿੱਚ ਜੋ ਵਿਜੀਬਲ ਆ ਜਿਹੜੀ ਇੱਕ ਐਬਸਟ੍ਰੈਕਟ ਰਿਐਲਿਟੀ ਹੈ ਜਾਂ ਇਨਰ ਰਿਐਲਿਟੀ ਹੈ ਅੰਦਰਲੀ ਅਸਲੀਅਤ ਆ ਉਹ ਬਾਹਰ ਤੁਹਾਡੇ ਕੰਮਾਂ ਵਿੱਚ ਤੁਹਾਡੀ ਪਾਲਿਸੀਜ਼ ਵਿੱਚ ਤੁਹਾਡੇ ਡਿਸੀਜਨਸ ਵਿੱਚ ਨਜ਼ਰ ਆਵੇ ਸੋ ਤੁਹਾਡੇ ਕਹਿਣ ਤੋਂ ਭਾਵ ਕਿ ਗੁਰਬਾਣੀ ਦੀ ਤੁਕ ਤਾਂ ਤੇ ਬਿਲਕੁਲ ਸਹੀ ਤੁਕਦੀ ਹੈ ਜਨ ਮਨ ਹੋਰ ਮੁਖ ਹੋਰ ਸਿਕੰਡਿ ਕਚਿਆ ਇਹਦਾ ਮਤਲਬ ਤੁਹਾਡੇ ਸੀ ਬਾਹਰੀ ਰੂਪ ਦੇ ਵਿੱਚ ਮਨ ਦੇ ਅੰਦਰ ਕੁਝ ਹੋਰ ਹੈ ਕਹਿ ਕੁਝ ਹੋ ਰਹੇ ਆ ਪ੍ਰਕਿਰਤੀ ਕਲਟੀ ਹੈ ਜਿਹੜੀ ਉਹ ਸਾਡੇ ਚੁੱਕ ਕੇ ਤਾਂ ਘੁੰਮੇ ਆ ਥੋੜੀ ਉਹ ਸਾਡੇ ਸਾਰਿਆਂ ਚ ਘੁੰਮਾ ਮੇਰੇ ਸਮਝ ਤੀ ਕਹਿ ਰਿਆ ਸੀ ਐਬਸੋਲੂਟਲੀ ਕਿਉਂਕਿ ਜਿਹੜੇ ਇੱਥੇ ਬਹੁਤ ਵਧੀਆ ਤੁਸੀਂ ਗੁਰਬਾਣੀ ਦੀ ਇਹ ਹਵਾਲਾ ਦਿੱਤਾ ਜੀ ਕੱਚਾ ਲਿਖਿਆ ਆਪਾਂ ਇੱਥੇ ਥੋੜੀ ਜੀ ਪੇਸ਼ੈਂਸ ਰੱਖੀ ਹੈ ਇੱਕ ਹੈ ਕਿ ਜਿਹੜੇ politically ਸਾਨੂੰ ਵਰਤ ਰਹੇ ਨੇ ਉਹਨਾਂ ਦੇ ਪ੍ਰਤੀ ਬਾੜੀ ਪੇਸ਼ੈਂਸ ਨਹੀਂ ਹੋਣੀ ਚਾਹੀਦੀ ਓਕੇ ਬਟ ਜਦ ਇੰਡੀਵਿਜੂਅਲੀ ਅਸੀਂ ਗੱਲ ਕਰਦੇ ਆ ਉਹ ਕੱਚਾ ਕੀ ਆ ਇਮੈਚੂਰ ਅੰਡਰ ਡਿਵੈਲਪਡ ਉਹ ਜਿਵੇਂ ਸਦੋ ਅਸੀਂ ਗੱਲ ਕੀਤੀ ਨਾ ਸਦੋਸ ਸੋ ਜਿਹੜੇ ਆਪਣੇ ਆਪ ਨੂੰ ਡਿਵੈਲਪ ਕਰ ਰਹੇ ਨੇ ਉਹ ਵੀ ਸਲੂਟ ਕਰੋ ਕਈ ਵਾਰ ਅਸੀਂ ਨਾ ਪਰਫੈਕਟ ਬੰਦਾ ਲੱਭਦੇ ਨੇ ਪਰਫੈਕਟ ਕੋਈ ਨਹੀਂ ਦੁਨੀਆ 'ਚ ਉਹ ਗੁਰੂ ਤੇ ਕਰਤਾਰ ਆ ਬਟ ਜਿਹੜਾ ਡਿਵੈਲਪਮੈਂਟ ਨਜ਼ਰ ਆ ਰਹੀ ਹੈ ਕਿ ਭਈ ਹਾਂ ਪਿਛਲੇ 5 ਸਾਲਾਂ 'ਚ ਇਹ ਫਰਕ ਆਇਆ ਜਿਵੇਂ ਸਿੱਧੂ ਮੂਸੇਵਾਲੇ ਦਾ ਐਗਜ਼ਾਮਪਲ ਲਈਏ ਲੋਕਾਂ ਦੇ ਦਿਮਾਗ 'ਚ ਉਹਨੂੰ ਵੀ ਹੁਣ ਸੋ ਕੋਲ ਪੰਜਾਬੀ ਸਟਾਈਲ ਸੋ ਤਾਂ ਸਰਕਾਰ ਨੇ ਕੀਤਾ ਡੀਪ ਸੈਟ ਨੇ ਕੀਤਾ ਗੈਂਗਸਟਰ ਨੇ ਕੀਤਾ ਅਸੀਂ ਇੱਥੇ ਹੀ ਫਸੇ ਰਹਿ ਜਾਾਂਗੇ ਪਰ ਤੁਸੀਂ ਇਹ ਵੀ ਦੇਖੋ ਨਾ ਉਹਦੇ 5 ਸਾਲ ਦੇ ਸਫਰ ਦੇ ਵਿੱਚ ਪਿਛਲੇ 2 ਸਾਲਾਂ ਚੋਂ ਕਿੱਥੇ ਗਿਆ ਪਿਛਲੇ 2 ਸਾਲਾਂ ਵਿੱਚ ਬਟ ਇਹ ਤਾਂ 20s ਵਿੱਚ ਕੋਈ ਬੰਦਾ ਮੈਂ ਇਸ ਕਰਕੇ ਕਹਿ ਰਿਹਾ ਕਿ ਅਸੀਂ ਪਰਫੈਕਸ਼ਨ ਨਾ ਦੇਖੀਏ ਜੀ ਜਦ ਤੁਸੀਂ ਗੁਰੂਆਂ ਦੀ ਲਾਈਫ ਵੀ ਗੁਰੂ ਅੰਗਦ ਸਾਹਿਬ ਮੈਂ ਕੰਪੇਅਰ ਨਹੀਂ ਕਰ ਰਿਹਾ ਸਮਝਾਉਣ ਲਈ ਕਹਿ ਰਿਹਾ ਗੁਰਨਾਮਕ ਸਾਹਿਬ ਤਾਂ ਗੁਰਪਰਮੇਸ਼ਰ ਸੀਗੇ ਹਮ ਗੁਰਬਾਣੀ ਚ ਆਇਆ ਜੀ ਫਿਰ ਜਿਹੜੇ ਬਾਕੀ ਗੁਰੂ ਦੋ ਅਗਲੇ ਗੁਰੂ ਅੰਗਦ ਸਾਹਿਬ ਨੂੰ ਕਿਉਂ ਸੁੱਧੋ ਸਲਵਜ ਉੱਥੇ ਵਰਤੇ ਉਹ ਸੁੱਧੋ ਸਿੰਨੇ ਹੋਗੇ ਕਿ ਉਹ ਪਰਫੈਕਟ ਹੋਗੇ ਤਾਂ ਹੀ ਉਹ ਲੈਣੇ ਤੋਂ ਅੰਗਤ ਬਣਗੇ ਐਸੈਟ ਤੋਂ ਪਾਰਟ ਆਫ ਮੀ ਬਣਗੇ ਦੇਖੋ ਲਫ਼ਜ਼ ਵੀ ਬੜੇ ਇੰਪੋਰਟੈਂਟ ਨੇ ਹੈ ਜੀ ਬਹੁਤ ਇੱਥੋਂ ਸੇ ਦੇ ਮਿਲਦੀ ਹੈ ਕਿਹੜੀ ਪੰਜਾਬੀ ਸਿੱਖ ਸਾਇਕੀ ਆ ਉਹ ਜਦ ਦੇਖਦੀ ਹੈ ਕਿ ਡਿਵੈਲਪ ਹੋ ਰਿਹਾ ਕੋਈ ਹਮ ਜਹਾਂ ਜਾਂ ਵੀ ਹੋਵੇ ਸਾਡੀ ਤਾਂ ਸਟੋਰੀ ਇੰਪਰਫੈਕਟ ਬੰਦਿਆਂ ਦੀ ਆ ਸੱਜਣ ਠਾਕੁਰ ਕੀ ਆ ਸੁੱਖਾ ਜਿੰਦਾ ਹੋਰ ਕੀ ਨੇ ਹਮ ਸੋ ਜਦ ਇੰਪਰਫੈਕਟ ਬੰਦੇ ਜਿਹੜੇ ਬੋੜੇ ਮਾੜੇ ਮਈ ਬੰਦੇ ਜਾਂਦੇ ਸੀ ਜਦ ਆਪਣੇ ਆਪ ਨੂੰ ਡਿਵੈਲਪ ਕਰਦੇ ਨੇ ਪੰਜਾਬੀ ਸਿੱਖ ਸਾਇਕ ਨੂੰ ਸਲੂਟ ਕਰਦੀ ਹੈ ਇਹ ਅਸੀਂ ਯਾਦ ਰੱਖੀਏ ਪ੍ਰੋਬਲਮ ਸਾਡੀ ਹੈਗੀ ਲੀਡਰਸ਼ਿਪ ਦੀ ਗੱਲ ਜਿੱਥੇ ਚੱਲ ਰਹੀ ਸੀ ਲੀਡਰਸ਼ਿਪ ਦੇ ਵਿੱਚ ਕੋਖਣਾ ਜ਼ਰੂਰੀ ਆ ਅਸੀਂ ਹਰ ਬੰਦੇ ਨੂੰ ਨਾ ਕੋਖੀ ਆ ਹਰ ਇੱਕ ਨੂੰ ਮਾੜਾ ਨਾ ਬੋਲੀਏ ਕੋਖਣ ਨਾਲ ਉਹ ਇਸ ਕਰਕੇ ਜ਼ਰੂਰੀ ਆ ਕਿਉਂਕਿ ਉਹਨਾਂ ਨੇ ਉਮਤ ਦੀਆਂ ਗੱਲਾਂ ਕਰਨੀਆਂ ਉਹਨਾਂ ਨੇ ਸੰਗਤੀ ਰੂਪ ਵਿੱਚ ਕਮਿਊਨਿਟੀ ਬਿਲਡਿੰਗ ਤੇ ਨੇਸ਼ਨ ਬਿਲਡਿੰਗ ਕਰਨੀ ਸੀ ਤੇ 40 ਸਾਲ ਦਾ ਰੈਕੋਰਡ ਜੇ ਹੈਗਾ 30 ਸਾਲ ਦਾ ਰੈਕੋਰਡ ਜੇ ਹੈਗਾ 20 ਸਾਲ ਦਾ ਰੈਕੋਰਡ ਜੇ ਹੈਗਾ ਤੇ ਉਹ ਬਿਲਡਿੰਗ ਨਹੀਂ ਕਰਾ ਰਹੇ ਔਰਾਂ ਨੂੰ ਨਹੀਂ ਲੀਡਰਸ਼ਿਪ ਮਿਲਣੀ ਚਾਹੀਦੀ ਭਾਵੇਂ ਉਹ ਐਸਜੀਪੀਸੀ ਦੀ ਆ ਲੋਕਲ ਗੁਰਦੁਆਰੇ ਦੀ ਆ ਕਿਸੇ ਜਥੇਬੰਦੀ ਦੀ ਆ ਵਿਧਾਨ ਸਭਾ ਦੀ ਆ ਉਹ ਸਾਰੀਆਂ ਉਹਦੇ ਚ ਆ ਜਾਂਦੀਆਂ ਨੇ ਤੁਹਾਡੀ ਅੱਜ ਦੀ ਗੱਲਬਾਤ ਦੇ ਵਿੱਚੋਂ ਸਾਈਕੀ ਤੇ ਲੀਡਰਸ਼ਿਪ ਦੋ ਗੱਲਾਂ ਨਿਕਲੀਆਂ ਨੇ ਸਾਈਕੀ ਤੇ ਲੀਡਰਸ਼ਿਪ ਦੇ ਲਈ ਕਿਉਂਕਿ ਮੈਨੂੰ ਚਿਤੇ ਹੈ ਲੀਡਰਸ਼ਿਪ ਦੇ ਉੱਤੇ ਸਿਕਰੀ ਨੇ ਕੋਈ ਪ੍ਰੋਗਰਾਮ ਲਿਖੇ ਸੀ ਕਿੰਨੇ ਲੋਕ ਕਿਉਂਕਿ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਜਾਣੇ ਹੋ ਟੀਚਿੰਗ ਲਾਈਨ ਦੇ ਵਿੱਚ ਜਾਣੇ ਹੋ ਤੇ ਤੁਹਾਡੇ ਕੋਲ ਬਕਾਇਦਾ ਉਹ ਟ੍ਰੇਨਿੰਗ ਹੋਣੀ ਚਾਹੀਦੀ ਹੈ ਸਾਡੀ ਲੀਡਰਸ਼ਿਪ ਤਾਂ ਕੋਈ ਇਸ ਤਰ੍ਹਾਂ ਦੇ ਟ੍ਰੇਨਿੰਗ ਦੇ ਪ੍ਰੋਗਰਾਮ ਸਿੱਖਰੀ ਨੇ ਚਲਾਏ ਨੇ ਜਿਹੜੀਆਂ ਦੋਨੇ ਚੀਜ਼ਾਂ ਉਹਦੇ ਵਿੱਚੋਂ ਮਿਲ ਸਕਾਂ ਅਸੀਂ ਕੋਸ਼ਿਸ਼ ਕਰਦੇ ਹਾਂ ਸਦਕ ਪ੍ਰੋਗਰਾਮ ਸਾਡਾ ਇਹ ਹੀ ਆ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਕੋਲ ਅਸੀਂ ਕੰਸਲਟੈਂਸੀਜ਼ ਵੀ ਕਰਦੇ ਆਂ ਪਾਵੇਂ ਉਹ ਕੈਨੇਡੀਅਨ ਲੀਡਰਸ਼ਿਪ ਹੀ ਕਿਉਂਦੀ ਸਿੱਖਾਂ ਨੂੰ ਹਰੇਕ ਨਾਲ ਹੀ ਮਿਲ ਵਰਦੀਦਾ ਕਈਆਂ ਨਾਲ ਜ਼ਿਆਦਾ ਵੀ ਕਰੀਦਾ ਜਿਹੜਾ ਡਿਮਾਂਡ ਕਰਦਾ ਜਿਹੜਾ ਐਸ ਕਰਦਾ ਇਹ ਪੰਜਾਬ ਵਿੱਚ ਤੇ ਹੋਰ ਥਾਵਾਂ ਤੇ ਵੀ ਕਰੀਦਾ ਬਟ ਉਹ ਗੱਲ ਥੋੜੀ ਸੈਪਰੇਟ ਆ ਜਿਹੜੀ ਗੱਲ ਮੇਨ ਕਰਨ ਵਾਲੀ ਆ ਨਾ ਕਿ ਲੀਡਰਸ਼ਿਪ ਡਿਵੈਲਪ ਹੁੰਦੀ ਆ ਇਹ ਵਾਰ ਸਾਨੂੰ ਇਹ ਦੱਸ ਰਹੀ ਆ ਭਾਈ ਗੁਰਦਾਸ ਜੀ ਨੇ ਲਿਖਿਆ ਕਰਤਾਰਪੁਰ ਸਾਹਿਬ ਜਦ ਗੁਰੂ ਸਾਹਿਬ ਨੇ ਖੋਲਤਾ ਨਾ ਹਮ ਬੜੇ ਲੋਕ ਹੀ ਆਏ ਉੱਥੇ ਉੱਥੇ ਕਹਿੰਦੇ ਜੰਨੀ ਵੀ ਆਏ ਬੋਧੀ ਵੀ ਆਏ ਗ੍ਰਸਤੀ ਵੀ ਆਏ ਮਤਲਬ ਹੋਰ ਧਰਮਾਵਾੜੇ ਵੀ ਤੇ ਵੱਖਰੇ ਵੱਖਰੇ ਲਾਈਫ ਸਟਾਈਲ ਵਾਲੇ ਵੀ ਜੀ ਬਟ ਠਹਿਰੇ ਆ ਕੌਣ ਉਹ ਅਠ ਕੀ ਸਿੱਖ ਸੀਗੇ ਸਾਨੂੰ ਘਬਰਾਣਾ ਨਹੀਂ ਚਾਹੀਦਾ ਠਹਿਰਣ ਵਾਲੇ ਘੱਟ ਹੀ ਹੁੰਦੇ ਨੇ ਫਿਰ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਨੇ ਫਿਰ ਸੰਗਤਾਂ ਬਸਾਈਆਂ ਉਹ ਸੰਗਤਾਂ ਵਿੱਚੋਂ ਜਦੋਂ 8 10 ਹੋ ਗਏ ਹੁਣ ਲੀਡ ਕੌਣ ਕਰੋ ਉਮਤ ਨੂੰ ਸਿੱਖ ਨੇਸ਼ਨ ਨੂੰ ਸਿੱਖ ਕਮਿਊਨਿਟੀ ਬਿਲਡਿੰਗ ਨੂੰ ਉਹ ਫਿਰ ਕੋਈ ਸੀ ਉਹ ਸੀ ਭਾਈ ਲੈਣਾ ਜਿਹੜੇ ਗੁਰੂ ਅੰਗਦ ਬਣ ਗਏ ਮਤਲਬ ਡਿਵੈਲਪਮੈਂਟ ਪ੍ਰੋਸੈਸ ਆ ਇਹ ਡਿਵੈਲਪਮੈਂਟ ਪ੍ਰੋਸੈਸ ਵਿੱਚ ਸਾਰੇ ਨਹੀਂ ਫਾਈਨਲ ਸਟੇਜ ਤੇ ਜਾ ਸਕਦੇ ਬੜ ਐਕਸਲੈਂਸ ਸਟੇਜ ਤੇ ਲੈ ਜਾਣ ਵਾਲੇ ਸਾਨੂੰ ਕੁਝ ਕ ਕੱਢਣੇ ਪੈਣਗੇ ਉਹ ਸਾਨੂੰ ਆਪ ਘੋਖਣਾ ਪੈਣਾ ਪੁੱਤਰਾਂ ਤੇ ਸਿੱਖਾਂ ਨੂੰ ਤੇ ਜਿਹੜੇ ਉਹਦੇ ਚੋਂ ਘੋਖ ਕੇ ਐਕਸਲੈਂਸ ਬਣਾ ਰਹੇ ਨੇ ਅੱਜ ਦੀ ਵੋਕੈਬਲਰੀ ਮੈਂ ਜਾਣ ਕੇ ਯੂਜ਼ ਕਰ ਰਿਹਾ ਜੀ ਜੀ ਬਿਲਕੁਲ ਉਹ ਫੇਰ ਲੀਡਰਸ਼ਿਪ ਮਟੀਰੀਅਲ ਬਣਦਾ ਆਦਰਵਾਇਜ਼ ਅਸੀਂ ਆਪਣੇ ਨਿਆਣਿਆਂ ਨੂੰ ਸਾਡੀ ਪਾਰਟੀ ਦਾ ਮੁੰਡਾ ਜੀ ਅਸੀਂ 30 ਸਾਲਾਂ ਦੇ ਲਿਬਰਲ ਆ ਇਹ ਵੀ ਇਹੀ ਚੱਲਦਾ ਨਾ ਇੱਥੇ ਕੱਲਾ ਪੰਜਾਬ ਨਾ ਦੇਖੋ ਨਾ ਕਦੇ ਅਸੀਂ ਹੁਣ ਕੰਜ਼ਰਵੇਟਿਵ ਪਾਰਟੀ ਇੱਥੇ ਕਿਉਂ ਰਾਈਜ਼ ਹੋ ਰਹੀ ਹੈ ਮੈਂ ਰਿਲੇਵੈਂਟ ਕਰ ਰਿਹਾ ਗੱਲ ਨੂੰ ਜੀ ਕਿਉਂਕਿ ਅਸੀਂ ਇਹ ਚੀਜ਼ਾਂ ਇੱਥੇ ਵੀ ਦੇਖੀਆਂ ਨੇ ਕਮਿਊਨਿਟੀ ਲਈ ਕੀ ਨਿਕਲਿਆ ਬਹੁਤ ਖੂਬ ਜੀ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਆ ਕੇ ਖੁੱਲ ਕੇ ਗੱਲਬਾਤ ਕੀਤੀ ਹੈ ਲੀਡਰਸ਼ਿਪ ਨੂੰ ਉਮਤ ਹੈ ਜਿਹੜੀ ਕਿਵੇਂ ਪਰਖੇ ਕਿਵੇਂ ਕਿਹੜਾ ਪਾਸਕੂ ਲਾ ਕੇ ਦੇਖੇ ਕਿ ਇਹ ਲੀਡਰਸ਼ਿਪ ਬਿਲਕੁਲ ਉਧਲੇ ਪਾਸੇ ਜਾ ਰਹੀ ਹੈ ਜਿੱਧਰ ਗੁਰੂ ਸਾਹਿਬ ਨੇ ਦੇਵੀ ਗੁਣਾਂ ਦੀ ਗੱਲ ਕੀਤੀ ਸਿਰਫ 2 ਮਿੰਟਾਂ ਜਿਹੀ ਸ਼ੁਰੂ ਸੋ ਕੈਨੇਡਾ ਵਿੱਚ ਹੀ ਜੇ ਕਰ ਲਓ ਪਹਿਲਾਂ ਆਪਾਂ ਐਸਜੀਪੀਸੀ ਤਾਂ ਹੁਣ ਜੱਥੇਦਾਰ ਵੀ ਇੱਥੇ ਹੀ ਆਉਂਦੇ ਨੇ ਨਾ ਭਾਵੇਂ ਜਿਹੜਾ ਮਰਜੀ ਕੋਈ ਬੁਲਾਵੇ 40 ਸਾਲਾਂ ਦੀ ਆਪਣੇ ਕੋਲ ਹਿਸਟਰੀ ਆ ਪੋਸਟ 84 ਕੀ ਕੀ ਹੋ ਰਿਹਾ ਬਲਕਿ ਪ੍ਰੀ 84 ਹਰਭਜਨ ਯੋਗੀ ਨੇ ਵੀ ਕਿਹੜੇ ਕਿਹੜੇ ਬੁਲਾਏ ਸੀ ਤੇ ਸਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਦੀਆਂ ਸੈਕਸ਼ੂਅਲ ਅਬਿਊਜ਼ਸ ਤੇ ਜਿਹੜੇ ਸਕੈਂਡਲ ਤੇ ਵੈਪਨਸ ਟਰੈਫਿਕਿੰਗ ਹਿਊਮਨ ਟਰੈਫਿਕਿੰਗ ਡਰੱਗ ਟਰੈਫਿਕਿੰਗ ਕੀ ਕੀ ਕੰਮ ਨਹੀਂ ਕੀਤੇ ਇਹ ਨਾ ਦੇਖੋ ਕਿ ਸ਼ਾਇਨ ਕਿਹੜੀ ਚੀਜ਼ ਹੋ ਰਹੀ ਹੈ ਸ਼ਾਇ ਦੇਖਣਾ ਕੀ ਪਉ ਗੁਰਵਾਨੀ ਮੁਤਾਬਕ ਭਾਵੇਂ ਉਹ ਲੋਕਲ ਪੋਲਿਟਿਕਸ ਐ ਐਨਡੀਪੀ ਦੀ ਪੀਸੀ ਦੀ ਗ੍ਰੀਨ ਪਾਰਟੀ ਦੀ ਲਿਬਰਲਸ ਦੀ ਭਾਵੇਂ ਪੰਜਾਬ ਦੇ ਅਕਾਲੀਆਂ ਦੀ ਆਪ ਦੀ ਕਾਂਗਰਸ ਦੀ ਤੇ ਡਿਫਰੈਂਟ ਅਕਾਲੀ ਫੈਕਸ਼ਨਸ ਦੀ ਉਹ ਤਾਂ ਸਾਨੂੰ ਦੇਖਣਾ ਹੀ ਪਉ ਉਹ ਬਾਹਰਲੀ ਚੀਜ਼ ਆ ਅੰਦਰਲੀ ਚੀਜ਼ ਆ ਉਹ ਵਰਡ ਸੀ ਨਿਰਮਲ ਆਪਾਂ ਉੱਥੇ ਹੀ ਖਤਮ ਕਰਦੇ ਆ ਗੱਲ ਨਿਰਮਲ ਕੀ ਆ ਵਿਦਆਊਟ ਮਲ ਮਲ ਤੋਂ ਬਗੈਰ ਮਲ ਦਾ ਸਿੰਪਲੈਸਟ ਮੀਨਿੰਗ ਹੁੰਦਾ ਜੀ ਫਿਲਥ ਗੰਦਗੀ ਗੰਦਗੀ ਹੌੜੀ ਹੌੜੀ ਘਟਦੀ ਆ ਗੰਦਗੀ ਨੂੰ ਘਟਾਉਣਾ ਪੈਂਦਾ ਨਿਰਮਲ ਇਹ ਅਸੀਂ ਆਪਣੀਆਂ ਔਣ ਧਾਈਆਂ ਨੂੰ ਘਟਾਈਏ ਨਿਰਮਲ ਬਣਨ ਦਾ ਮਤਲਬ ਆ ਕਲੈਂਜ਼ਿੰਗ ਹੋਣੀ ਉਹ ਕਲੈਂਜ਼ਿੰਗ ਜਿਹੜੀ ਗੁਰਬਾਣੀ ਕਹਿੰਦੀ ਹਾਇਸਟ ਲੈਵਲ ਤੇ ਉਹ ਤੋਂ ਪੈ ਨਾਵੇਂ ਕਹਿ ਰਾਂਗਾ ਨਾਮ ਦਾ ਰੰਗ ਚੜਾਓ ਜਿੰਨਾਕ ਰੰਗ ਚੜੋ ਇਹ ਨਾ ਕੋ ਸਾਰਾ ਕਿਉਂ ਨਹੀਂ ਚੜਿਆ ਜਿੰਨਾਕ ਰੰਗ ਚੜੋ ਉਹਦੇ ਨਾਲ ਸਾਡੇ ਕੰਮ ਵੀ ਬੈਟਰ ਹੋਣਗੇ ਸਾਡੀ ਲੀਡਰਸ਼ਿਪ ਵੀ ਬੈਟਰ ਹੋਊ ਜਿਹਦੇ ਚ ਜਾੜਾ ਚੜ ਜੂਗਾ ਉਹ ਉਸ ਲੈਵਲ ਤੱਕਰ ਜਿਹੜੀ ਗੁਰੂਆਂ ਦੀ ਵਿਜਨ ਸੀ ਤੇ ਜਿੰਨਾ ਉਹਨਾਂ ਨੇ ਪ੍ਰੈਕਟੀਕਲੀ ਕਰਕੇ ਦਿਖਾਇਆ 240 ਸਾਲ ਉਹਦੇ ਨੇੜੇ ਤੇੜੇ ਫਿਰ ਅਸੀਂ ਜਾ ਸਕਾਂਗੇ ਵਾਹ ਜੀ ਬਹੁਤ ਖੂਬ ਜਿਹੜਾ ਅੱਜ ਵਿਸ਼ਾ ਜਾਂ ਸੋਦੋਸ ਤਾਂ ਲੈਣਾ ਟਿੱਕੇ ਹਨ ਬੜੇ ਵਿਸਤਾਰ ਦੇ ਵਿੱਚ ਤੁਸੀਂ ਉਹਦਾ ਜ਼ਿਕਰ ਕੀਤਾ ਤੇ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ sikkhri.org ਤੇ ਜਾ ਕੇ ਇਹਨਾਂ ਦੇ ਬਾਕੀ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਫਕਤ